माफ कर दे भाई, भाई गलती हो गई, माफ कर दे। गलती हो गई भाई, दोस्ती चक तो नहीं, माफ कर दे भाई। ना भाई, ना 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 देन तो ना भाई, ना पवन किथे आ? मर गया मेरा साला मेरे हथो। क्यों? हुण तां पता ही है भाई, अपने धंधे दे विच गद्दार दी सजा की हुंदी है। माल लेके भज रहा सी भाई, तुसी सानू दस्या करो, आप ना रिस्क लिया करो एवें। ओ बल्लिया, शेरू नू खतरे नाल खेलण दी आदत है। पर फिर भी भाई जी, जे तुहानू कुछ हो गया तां साडा की बणूगा? सरहद पार तां गोलियां दा मीं वरदा भाई, असीं तुहाडे नाल जाया करांगे। पहली गोली असीं आपदी हिक विच खावांगे। ओए चुप रो, अज तक कोई गोली नहीं बनी जो शेरू दी हिक विच वजे। नाले मेरी गल सुनो, कालज दे विच कोई तड़फड़ तां नहीं करदा? भाई किसे दी कोई हिम्मत नहीं साडे अगे कोई बोल जे। बेशक असीं कालजों कड्डे होए आं, पर तुहाडे करके सारा कालज साडा पाणी भरदा। ओए मुंडियो, आ हर कालज दे विच पहुंचा दो। पंजाब दे विच दुद्ध दा काल बेशक पै जे, पर तुहाडे हुंदे चिट्टे दा काल नहीं पैणा चाहिंदा। ओ सच मात्री जी ने तुहानू याद कीता सी। अच्छा मेरी गल सुनो, तुसीं पहलां अड्डे ते जाओ, जीप लैके पूरे कालजां दे विच माल सप्लाई करो। ठीक है भाई, मैं जनाब नूं मिल के आउणा। आयो ही मुंडियो, बैठो करा शीजी ने। ठीक है फिर, तुहाडा काम हो जाएगा, तुसी फिकर ना करो। ਇਸ ਮੁੰਡੇ ਨੂੰ ਕਹਿੰਦਾ ਤੁਸੀਂ ਐਪਲੀਕੇਸ਼ਨ ਦੇ ਦਿਓ। ਹਾਂ ਬਈ ਸੁਭਾਸ਼, ਕੱਲ੍ਹ ਕੋਆਪਰੇਟ ਬੈਂਕ ਤੋਂ ਜਿਹੜੀਆਂ ਐਪਲੀਕੇਸ਼ਨ ਆਈਆਂ ਸੀ ਉਹਨਾਂ 'ਤੇ ਮੈਂ ਸਾਈਨ ਕਰ ਦਿੱਤੇ, ਉਹਨਾਂ ਨੂੰ ਵਾਪਸ ਭਿਜਵਾ ਦਿਓ। ਹੈਂ? ਅਤੇ ਨਾਲੇ ਇਹ ਬੰਦੇ ਦਾ ਜੋ ਮੈਂ ਦੱਸਿਆ ਅਤੇ ਐਪਲੀਕੇਸ਼ਨ ਦਿੱਤੀ ਹੈ ਅਤੇ ਉਹ ਕੰਮ ਕਰਕੇ, ਅਤੇ ਜਿਹੜੀਆਂ ਕੱਲ੍ਹ ਫਾਈਲਾਂ ਭੇਜੀਆਂ ਨੇ ਉਹਨਾਂ 'ਤੇ ਕੰਮ ਕਰਨਾ। ਠੀਕ ਹੈ, ਆ ਵੀ ਸ਼ੇਰੂ ਬੈਠ, ਚਾਹ ਪੀਏਂਗੇ? ਸ਼ੇਰੂ ਬਸ ਜੀ ਪੀ ਕੇ ਆਇਆ। शुक्र है शेरुआ, तू ठीक है। पवन की खबर मिली सी? उन्हें मैं मारिया, गद्दारी करी सी उन्हें मेरे नाल। शेरू नूं गद्दार लोग बिल्कुल पसंद नहीं, पर तुहाडे तक खबर किवें पहुंच गई? खबरां तां रखणियां पैंदियां ने शेरुआ, पर तैनूं किन्नी वार आख्या तू रिस्क ना लिया कर, ना लिया कर रिस्क। इन्ने बंदे ने तेरे कोल, उन्हां नूं भेजिया कर। मंत्री साहब, मैनूं किस ते भरोसा नहीं, पर उन्हां दा माल है। नाले जिहड़े आ पड़ाकू ने ना, इह तां 1,000 रुपए ते बेईमान हो जांदे ने। नाले इन्हां पहाड़ी रस्तिआं दा हुण मैं चंगी तरह भेती हो गया। ओह तां ठीक है, पर बार्डर ते अपनी जान पछाण दे बंदे बथेरे ने। तैनूं तेरा समान फार्म हाउस ते पहुंचाया करो। चिट्टे दी रिमांड पहलां तां कल्ले माझे विच सी,
ਹੁਣ ਦਿਨੋ ਦਿਨ ਪੰਜਾਬ ਦੇ ਵਿੱਚ ਵੱਧਦੀ ਜਾਂਦੀ ਹੈ ਤੇ ਵੱਧ ਵੀ ਰਹੀ ਹੈ। ਇਹਦਾ ਸਿਹਰਾ ਵੀ ਤੇਰੇ ਸਿਰੇ ਜਾਂਦਾ ਸ਼ੇਰੂਆ। ਐਵੇਂ ਤਾਂ ਨੀ ਲੋਕ ਤੈਨੂੰ ਪੁੱਠੀ ਖੋਪੜੀ ਦਾ ਕਹਿੰਦੇ ਬਈ, ਇਸ ਖੋਪੜੀ ਚ ਦਿਮਾਗ ਬਹੁਤ ਹੈ। ਤਾਂਹੀਓ ਤਾਂ ਤੇਜ ਪ੍ਰਕਾਸ਼ ਨੇ ਤੇਰੇ ਨਾਲ ਸਾਂਝ ਪਾਈ ਹੈ। ਸ਼ੇਰੂ ਦੀ ਯਾਰੀ ਜੱਗ ਤੋਂ ਨਿਆਰੀ ਤੇ ਦੁਸ਼ਮਣੀ ਲਦੇਨ ਤੋਂ ਵੀ ਮਾੜੀ। ਸਿਆਣੇ ਕਹਿੰਦੇ ਨੇ ਸ਼ੇਰੂਆ, ਬਈ ਬੇਈਮਾਨੀ ਦੇ ਧੰਦੇ ਚ ਇਮਾਨਦਾਰੀ ਬਹੁਤ ਜ਼ਰੂਰੀ ਹੈ ਤੇ ਮੈਨੂੰ ਤੇਰੀ ਉਹ ਇਮਾਨਦਾਰੀ ਪਸੰਦ ਹੈ। ਤੁਹਾਡਾ ਹਿੱਸਾ ਟਾਈਮ ਸਿਰ ਪਹੁੰਚ ਜਾਂਦਾ ਨਾ, ਤਾਂ ਹੀ ਹਿੱਸਾ ਵੀ ਟਾਈਮ ਸਿਰ ਇਸੇ ਕਰਕੇ ਮਿਲਦਾ ਨਾ ਕਿ ਤੈਨੂੰ ਅਸੀਂ ਖੰਡਰਾਂ ਚ ਚੱਕ ਕੇ ਆਪਣੇ ਫਾਰਮ ਹਾਊਸ ਦੇ ਵਿੱਚ ਬਿਠਾਇਆ ਹੈ। ਇਹ ਉਹ ਫਾਰਮ ਹਾਊਸ ਜਿਹੜਾ ਅਸੀਂ ਆਪਣੇ ਖਾਸ ਆਰਾਮ ਲਈ ਬਣਾਇਆ ਸੀ। ਜਾ ਉੱਥੇ ਤੂੰ ਜੋ ਵੀ ਗੁਨਾਹ ਕਰੇਗਾ ਉਸ ਨੂੰ ਫਰਿਸ਼ਤੇ ਵੀ ਨਹੀਂ ਵੇਖ ਸਕਦੇ। ਸ਼ੇਰੂ ਜਦੋਂ ਗੁਨਾਹ ਕਰਦਾ ਤਾਂ ਕਿਸੇ ਵੀ ਫਰਿਸ਼ਤੇ ਦੀ ਪਰਵਾਹ ਨਹੀਂ ਕਰਦਾ। ਮੇਰਾ ਮਤਲਬ ਇਹ ਨਹੀਂ ਸੀ ਸ਼ੇਰੂਆ, ਮੇਰਾ ਮਤਲਬ ਤਾਂ ਸੀ ਕਿ ਉੱਥੇ ਤੈਨੂੰ ਕਦੇ ਵੀ ਕੋਈ ਵੀ ਬੁਰੀ ਖਬਰ ਨਹੀਂ ਮਿਲੇਗੀ। ਆ ਸਾਫ ਤਾਂ ਕਰਦਿਆ ਕਰੋ, ਦੇਖ ਕਿਵੇਂ ਜਰ ਲੱਗੀ ਪਈ ਹੈ। ਭਾਈ ਦੀਪੇ ਹੋਰਾਂ ਨੂੰ ਪੁਲਿਸ ਨੇ ਫੜ ਲਿਆ। ਕਿਹਨੇ ਮੌਤ ਨੂੰ ਮਾਸੀ ਆਖਿਆ? ਕੋਈ ਗਿਆਨੀ ਹੈ ਪ੍ਰੋਫੈਸਰ, ਉਹਨੂੰ ਤਾਂ ਬਾਅਦ ਚ ਦੇਖਾਂਗੇ, ਬਾਅਦ ਚ ਸੋਧਾਂਗੇ ਉਹਦਾ ਅਰਦਾਸਾ। ਚੱਲ ਥਾਣੇ ਚੱਲ, ਉਹ ਮੁੰਡਿਓ ਅੱਡੇ ਦਾ ਧਿਆਨ ਰੱਖਿਓ, ਚੱਲ ਚੱਲ ਛੇਤੀ ਬੈਠ, ਚਕੰਨੇ ਰਹੋ। ਕੀ ਕੀਤਾ ਮੇਰੀ ਬੰਦੇ ਇੱਧਰ ਕਰਤੇ? ਉਹ ਤੂੰ ਤਾਂ ਜਾਣਦੀ ਹੈ ਮੈਂ ਪੁੱਠੀ ਖੋਪੜੀ ਦਾ ਬੰਦਾ। ਵਾਹ ਸ਼ੇਰੂ, ਇਹਨਾਂ ਤੇ ਗਿਆਨੀ ਜੀ ਨੇ ਪਰਚਾ ਦਰਜ ਕਰਾਇਆ, ਇਹਨਾਂ ਨੂੰ ਰੰਗੇ ਹੱਥੀ ਸਮੈਕ ਵੇਚਦਿਆਂ ਅਸੀਂ ਫੜਿਆ। ਮੈਂ ਕਿਹਾ ਵੀ ਸੀ ਗਿਆਨੀ ਜੀ ਨੂੰ ਇਹ ਸ਼ੇਰੂ ਦੀਆਂ ਬਾਹਾਂ ਨੇ, ਅੱਗੋਂ ਉਹਨਾਂ ਦਾ ਜਵਾਬ ਸੀ ਉਹ ਬਾਹਾਂ ਹੀ ਤਾਂ ਭੰਨਣੀਆਂ ਨੇ ਇਹਨਾਂ ਦੀਆਂ। ਮੌਤ ਸੇੜ ਲਈ ਗਿਆਨੀ ਨੇ ਮੌਤ, ਬੰਦੇ ਬਾਹਰ ਕੱਢ। ਉਹ ਮੁੰਡੇ ਤਾਂ ਬਾਹਰ ਹੀ ਨੇ, ਉਹ ਵਿਜੇ ਲਿਆ ਮੁੰਡਿਆਂ ਨੂੰ, ਨਾਲੇ ਇਹਨਾਂ ਨੂੰ ਪੁੱਛ ਲਈ ਕੋਈ ਇਹਨਾਂ ਦੀ ਖਾਤਰ ਸੇਵਾ ਦੇ ਵਿੱਚ ਕੋਈ ਕਮੀ ਰਹਿ ਗਈ ਹੋਵੇ ਤਾਂ। ਇਹਨਾਂ ਤੇ ਸਮੈਕ ਵੇਚਣ ਦਾ ਪਰਚਾ ਦਰਜ ਕਰਾਇਆ ਗਿਆਨੀ ਜੀ ਨੇ, ਸਿੱਧੀ ਜੇਲ੍ਹ ਹੈ ਜੇਲ੍ਹ। ਚੱਲ ਚਲਾਨ ਹਜੇ ਮੈਂ ਠਹਿਰ ਕੇ ਪੇਸ਼ ਕਰ ਦੂੰ, ਤੂੰ ਲੈ ਜਾ ਮੁੰਡਿਆਂ ਨੂੰ। ਹਾਂ ਇੱਕ ਗੱਲ ਤੈਨੂੰ ਹੋਰ ਦੱਸਾਂ, ਗਿਆਨੀ ਜੀ ਨੂੰ ਡਰਾ ਕੇ ਪਰਚਾ ਕੈਂਸਲ ਕਰਾ ਲਾ। ਗਿਆਨੀ ਦੇ ਤਾਂ ਅਗਲੇ ਪਿਛਲੇ ਵੀ ਤੌਬਾ ਕਰਨਗੇ। ਭਲਿਆ ਲੋਕਾ, ਉਹਦੇ ਨਾ ਕੋਈ ਅੱਗੇ ਨਾ ਕੋਈ ਪਿੱਛੇ, ਅਨਾਥ ਆਸ਼ਰਮ ਦੇ ਵਿੱਚ ਪਲਿਆ ਆ ਉਹ, ਪਿੰਗਲ ਵਾਲੇ ਨੂੰ ਆਪਣੀ ਤਨਖਾਹ ਦਾਨ ਕਰ ਦਿੰਦਾ, ਹਿਸਟਰੀ ਦਾ ਪ੍ਰੋਫੈਸਰ ਆ ਉਹ, ਤੂੰ ਉਹਦਾ ਕੀ ਵਿਗਾੜ ਲਏਗਾ? ਹਿਸਟਰੀ ਦਾ ਪ੍ਰੋਫੈਸਰ, ਮੈਂ ਉਹਦੀ ਜ਼ਿੰਦਗੀ ਵਿੱਚ ਐਸਾ ਇਤਿਹਾਸ ਲਿਖੂੰਗਾ, ਐਸਾ ਇਤਿਹਾਸ ਲਿਖੂੰਗਾ ਤੇ ਮੁੜ ਕੇ ਕੋਈ ਵੀ ਸ਼ੇਰੂ ਦੇ ਬੰਦਿਆਂ ਦੇ ਖਿਲਾਫ਼ ਗਵਾਹੀ ਨਹੀਂ ਦਊਗਾ। ਚੱਲ ਜਾ ਲੈ ਜਾ ਜਾ ਇਹਨਾਂ ਨੂੰ। ਚਲੋ ਮੁੰਡਿਓ। ਤੂੰ ਐ ਗਿਆਨੀ, ਸ਼ੇਰੂ ਨਾ ਹੈ ਮੇਰਾ ਸ਼ੇਰੂ। ਇਹ ਲੋਕ ਮੈਨੂੰ ਪੁੱਠੀ ਖੋਪੜੀ ਵਾਲਾ ਕਹਿੰਦੇ ਨੇ, ਪੁੱਠੀ ਖੋਪੜੀ ਵਾਲਾ। ਕਿਸੇ ਨਾ ਹੱਥੇ ਤੇ ਬਾਹਰ ਕਰਨਾ ਇੱਥੋਂ ਦੀ ਬਹਾਦਰੀ ਹੈ ਤੇਰੀ। ਤੈਨੂੰ ਮੇਰੇ ਤੋਂ ਡਰ ਨਹੀਂ ਲੱਗਦਾ? ਮੈਂ ਸਿਰਫ ਉਸ ਅਕਾਲ ਪੁਰਖ ਤੋਂ ਡਰਦਾ। ਮੇਰੇ ਹੱਥੋਂ ਮਰਨਾ ਤੈ ਭਾਈ, ਮਰਨਾ ਜੰਮਣਾ ਸਭ ਉੱਪਰ ਵਾਲੇ ਦੇ ਹੱਥ ਹੈ। ਓਏ ਇਹ ਜੰਗਲ ਚ ਤੇਰੇ ਉੱਪਰ ਵਾਲੇ ਦਾ ਨਹੀਂ, ਸਾਡੇ ਸ਼ੇਰੂ ਬਾਈ ਦਾ ਰਾਜ ਆ, ਸ਼ੇਰੂ ਬਾਈ ਦਾ।
तरस नहीं आया ना ते तू इन्हां दे खिलाफ FIR दर्ज कराती तरस वाडे ते ओए मापे अपने बच्चियां नूं स्कूलां कालजां च भेजदे ने कोई सिखण लई ते तुसी तुसी उन्हां नूं मौत वल मोड़ दिंदे हो फिर तुहाडे ते तरस क्यों तुहानूं तां सख्त तों सख्त सजा मिलनी चाहीदी ए कोई इहनां वल उंगली करदा है तां मैं उहदी कदर वढ दिंदा समझ गया ए मैं ते किवें बई तेरी हमड़े लै जाओ इहनूं अंदर बंद कर दो भुखा प्यासा रखो देखदा किवें नहीं मंदा है लै जाओ इहनूं ਸਾਲਾ ਮੀਂਹ ਹਟਣ ਦਾ ਨਾਂ ਹੀ ਨਹੀਂ ਲੈ ਰਿਹਾ ਯਾਰ ਓ ਤੇਰੇ ਕਿਹੜਾ ਛੋਲੇ ਭੇਜਦਿਆ ਤੂੰ ਪੈਗ ਪਾ ਯਾਰ ਯਾਰ ਮੈਨੂੰ ਲੱਗਦਾ ਗਿਆਨੀ ਕਦੇ ਨਹੀਂ ਮੰਨੂਗਾ ਸਿੰਘ ਟੁੱਟ ਸਕਦੇ ਨੇ ਪਰ ਕਦੇ ਝੁਕਦੇ ਨਹੀਂ ਉਹ ਆਪਣੇ ਬਾਈ ਸ਼ੇਰੂ ਨੇ ਬਹੁਤ ਬੜੇ ਬੜੇ ਸਿੱਧੇ ਕੀਤੇ ਨੇ ਗਿਆਨੀ ਕਿਹੜੇ ਬਾਗ ਦੀ ਮੂਲੀ ਆ ਯਾਰ ਉਹ ਜੇ ਨਾ ਮੰਨਿਆ ਆਪਾਂ ਨੂੰ ਸਜ਼ਾ ਪੱਕੀ ਹੈ ਬਾਈ ਗਿਆਨੀ ਸ਼ੇਰੂ ਤੋਂ ਕਦੇ ਨਹੀਂ ਬਚ ਸਕਦਾ ਇਹਨੂੰ ਮੌਤ ਤੋਂ ਭੋਰਾ ਵੀ ਨਹੀਂ ਡਰ ਲੱਗਦਾ ਯਾਰ ਯਾਰ ਉਹਨੂੰ ਡਰਨ ਦੀ ਕੀ ਲੋੜ ਆ ਉਹਦੇ ਕਿਹੜਾ ਕੋਈ ਅੱਗੇ ਪਿੱਛੇ ਹੈਗਾ ਮੇਰੀ ਸੁਣੋ ਚਾਰ ਦਿਨ ਭੁੱਖਾ ਰਿਹਾ ਨਾ ਮਿਆਂਕਦਾ ਫਿਰੂ ਹੱਥ ਬੰਨੂ ਉਹ ਛੱਡੋ ਯਾਰ ਤੁਸੀਂ ਪੈਗ ਲਾਓ ਸਾਲੀ ਚਾੜੇ ਨਹੀਂ ਰਹੀ ਯਾਰ ਮੈਂ ਪਰਸੋਂ ਦਾ ਦੇਖ ਰਿਹਾ ਪਾਠ ਹੀ ਕਰੀ ਜਾਂਦਾ ਉਹ ਬਾਈ ਦੀਪਿਆ ਹਾਥੀ ਦੇ ਦੰਦ ਖਾਣ ਵਾਲੇ ਹੋਰ ਹੁੰਦੇ ਨੇ ਤੇ ਦਿਖਾਉਣ ਵਾਲੇ ਹੋਰ ਹੁੰਦੇ ਨੇ ਸਾਡੇ ਪਿੰਡ ਕਿਹਦੇ ਵਰਗਾ ਸੀ ਪਿੰਡ ਚੋਂ ਕੁੜੀ ਲੈ ਗਿਆ ਗਾਸ ਕੇ ਚੱਲ ਬਾਈ ਮੋਟਾ ਜਿਹਾ ਪਾ ਯਾਰ ਆ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਸ਼ਨ ਸਭ ਕੁਝ ਤੈਨੂੰ ਸੌਪਿਆ ਜਾ ਤੇਰਾ ਬੰਦਾ ਯਾਰ ਉਹ ਤਾਂ ਮੀਂਹ ਚ ਵੀ ਪਾਠ ਕਰੀ ਜਾਂਦਾ ਓਏ ਉਹ ਤਾਂ ਪਾਗਲ ਹੋ ਗਿਆ ਪੈਗ ਚੱਕ ਪੈਗ ਲਾ ਯਾਰ ਤਾਂ ਬਾਲੀ ਨਾਲ ਤਾਂ ਕੁਛ ਨੀ ਹੁੰਦਾ ਇਹੋ ਤਾਂ ਦੇਸੀ ਠੀਕ ਆ ਸਾਲੀ ਇੱਕੋ ਲੱਖ ਤਾਂ ਚੜ ਜਾਂਦੀ ਹੈ ਤਾਂ ਹੌਲੀ ਹੌਲੀ ਚੜਦੀ ਹੈ ਬਾਈ ਆਹ ਨੰਜੇ ਨੂੰ ਜੰਗਲ ਚ ਕਈ ਵਾਰ ਦੇਖਿਆ ਬਾਈ ਜੀ ਨੰਜਾ ਕੌਣ ਆ ਓਏ ਹੈਗਾ ਤੁਹਾਡੇ ਆਉਣ ਤੋਂ ਪਹਿਲਾਂ ਇੱਕ ਹੁੰਦਾ ਸੀ ਲੜੂ ਬਦਮਾਸ਼ ਹੈ ਮੈਨੂੰ ਮਾਰ ਕੇ ਆਪਦਾ ਨਾਮ ਬਣਾਉਣਾ ਚਾਹੁੰਦਾ ਉਹ ਦਿਮਾਗ ਦਾ ਵੀ ਥੋੜਾ ਕਰੰਕ ਹੈ ਕੋਈ ਨਾ ਜਿੱਥੇ ਕਿਤੇ ਮਿਲ ਗਿਆ ਮਾਰ ਦਿਓ ਠੀਕ ਆ ਬਾਈ ਮੈਂ ਜੇ ਪੂਨ ਗਿਆ ਬਾਈ ਕਿਉਂ ਚਿੱਠਿਆ ਕੀ ਕਹਿੰਦਾ ਸਿਖੜਾ ਪਾਠ ਕਰ ਰਿਹਾ ਕਹਿੰਦਾ ਆਉਣਾ ਡਰਦਾ ਹੁਣ ਰੱਬ ਨੂੰ ਧਿਆ ਰਿਹਾ ਵਾਹਿਗੁਰੂ ਵਾਹਿਗੁਰੂ ਕਿਉਂ ਸਿੱਖਾ ਆ ਗਈ ਹੋਸ਼ ਟਿਕਾਣੇ ਮੈਂ ਤਾਂ ਭਾਈ ਹੋਸ਼ ਚ ਹੋਸ਼ ਤਾਂ ਤੇਰੇ ਟਿਕਾਣੇ ਨੀ ਬਾਣੀ ਸੁਣਿਆ ਕਰ ਉਹਤੇ ਅਮਲ ਕਰਿਆ ਕਰ ਜੀਵਨ ਸਫਲਾ ਹੋ ਜੂ ਤੇਰਾ ਲੱਗਦਾ ਭੁੱਖ ਪਿਆਸ ਦਾ ਤੇਰੇ ਤੇ ਕੋਈ ਅਸਰ ਨਹੀਂ ਹੋਇਆ ਕਿਹੜੀ ਭੁੱਖ ਕਿਹੜੀ ਪਿਆਸ ਬਾਣੀ ਸਾਰੀਆਂ ਭੁੱਖਾਂ ਪਿਆਸਾਂ ਨੂੰ ਮੇਟ ਦਿੰਦੀ ਹੈ ਲੱਗਦਾ ਕਮਰੇ ਦੀ ਗਰਮੀ ਨੇ ਤੇਰਾ ਦਿਮਾਗ ਟਿਕਾਣੇ ਨਹੀਂ ਕੀਤਾ ਕਿਹੜੀ ਗਰਮੀ ਦੀਆਂ ਗੱਲਾਂ ਕਰਦਾ ਸਿੰਘ ਤਾਂ ਉੱਬਲਦੀਆਂ ਦੇਗਾਂ ਚ ਬੈਠ ਕੇ ਵੀ ਉਸ ਰੱਬ ਦਾ ਭਾਣਾ ਮੰਨਦੇ ਰਹੇ ਤੇ ਤੂੰ ਮੈਨੂੰ ਗਰਮੀ ਦੀਆਂ ਧਮਕੀਆਂ ਦਿੰਦਾ ਮੈਨੂੰ ਡਰਾ ਧਮਕਾ ਕੇ ਕੇਸ ਵਾਪਸ ਕਰਾ ਲੇਗਾ ਇਹ ਲੱਖਾਂ ਨੌਜਵਾਨਾਂ ਦੀ ਜ਼ਿੰਦਗੀ ਦਾ ਸਵਾਲ ਹੈ ਜਿਨ੍ਹਾਂ ਨੂੰ ਤੂੰ ਮੌਤ ਦੇ ਮੂੰਹ ਵੱਲ ਧੱਕ ਰਿਹਾ ਹੰਕਾਰ ਤਾਂ ਭਾਈ ਵੱਡਿਆਂ ਵੱਡਿਆਂ ਦੇ ਟੁੱਟ ਗਏ ਇਹ ਕਾਤੋਂ ਭੁੱਲਦਾ ਮਰਨਾ ਇੱਕ ਦਿਨ ਤੂੰ ਵੀ ਹੈ ਓਏ ਮਾਰ ਦੂੰ ਮੈਂ ਤੈਨੂੰ ਮੈਂ ਬਹੁਤ ਬੁਰਾ ਬੰਦਾ ਸ਼ੇਰੂ ਭਾਈ ਰੁਕ ਕਾਤੋਂ ਗਿਆ ਮਾਰ ਮਾਰਦਾ ਕਿਉਂ ਨਹੀਂ ਇਹ ਨਾ ਭੁੱਲ ਕਿ ਮਾੜੇ ਤੋਂ ਮਾੜੇ ਬੰਦੇ ਵਿੱਚ ਵੀ ਕੋਈ ਨਾ ਕੋਈ ਗੁਣ ਚੰਗਾ ਹੁੰਦਾ ਹੈ ਤੂੰ ਵੀ ਚੰਗਾ ਬਣ ਸਕਦਾ ਛੱਡ ਦੇ ਮਾੜੇ ਕੰਮ ਇਹਨੂੰ ਲੈ ਜਾਓ ਇਹ ਨਾ ਹੋਵੇ ਇਹ ਮੇਰਾ ਦਿਮਾਗ ਖਰਾਬ ਹੋ ਜਾਵੇ ਲੈ ਜਾਓ ਇਹਨੂੰ ਭੁੱਖਾ ਪਿਆਸਾ ਰੱਖੋ ਫਿਰ ਇਹਨੂੰ ਪਤਾ ਲੱਗੂ ਲੈ ਜਾਓ ਇਹਨੂੰ ਚੇਰੂ
ਗੁੱਸਾ ਨਹੀਂ ਕਰੀਦਾ ਹੁੰਦਾ। ਗੁੱਸਾ ਬੰਦੇ ਦੀ ਅਕਲ ਨੂੰ ਖਾ ਜਾਂਦਾ ਹੈ ਤੇ ਸਿਹਤ ਲਈ ਵੀ ਚੰਗਾ ਨਹੀਂ, ਸਮਝਿਆ? ਮੈਂ ਕਹਿਣਾ ਦਫਾ ਹੋ ਜਾ ਮੇਰੇ ਅੱਖਾਂ ਤੋਂ, ਪਰਾ ਹੋ ਜਾ। ਤੇਰਾ ਕੋਈ ਨਾ ਬੇਲੀ ਰਾਮ, ਤੇਰਾ ਕੋਈ ਨਾ ਬੇਲੀ ਰਾਮ, ਤੇਰਾ ਕੋਈ ਨਾ ਬੇਲੀ ਰਾਮ, ਪਾਪ ਕਮਾਮ ਦਿਆ ਤੇਰਾ ਕੋਈ ਨਾ ਬੇਲੀ। ਤੇਰਾ ਕੋਈ ਨਾ ਬੇਲੀ ਰਾਮ, ਪਾਪ ਕਮਾਮ ਦਿਆ ਤੇਰਾ ਕੋਈ ਨਾ ਬੇਲੀ ਰਾਮ, ਤੇਰਾ ਕੋਈ ਨਾ ਬੇਲੀ ਰਾਮ। ਅਨਕਾਏ ਰਾਤੜਿਆ ਵਾਟ ਦੁਹੇਲੀ ਦੁਹੇਲੀ ਰਾਮ, ਤੇਰਾ ਕੋਈ ਨਾ ਬੇਲੀ ਰਾਮ। ਜਗ੍ਹਾ ਤੇ ਸਪਲਾਈ ਹੋਣਾ ਚਾਹੀਦਾ, ਇਹਦੀ ਥੋੜ ਆਉਣੀ ਨਹੀਂ ਚਾਹੀਦੀ। ਹਰ ਜਗ੍ਹਾ ਤੇ, ਕਾਲਜ, ਸਕੂਲਾਂ ਚ, ਪਿੰਡਾਂ ਚ, ਸ਼ਹਿਰਾਂ ਚ। ਮੈਨੂੰ ਤੁਹਾਡੇ ਤੇ ਬਹੁਤ ਆਸਾਂ ਨੇ। ਓਏ ਰੁਕ ਜਾ ਸ਼ੇਰੂ, ਓਏ ਰੁਕ ਜਾ, ਕਿਉਂ ਇਹ ਪਾਪ ਤੇ ਕੰਮ ਕਰਦਾ? ਓਏ ਮੈਨੂੰ ਤੇਰਾ ਬਕਵਾਸ ਬਿਲਕੁਲ ਵੀ ਪਸੰਦ ਨਹੀਂ। ਓਏ ਮੌਤ ਹੈ, ਕਿਉਂ ਮੌਤ ਬਣਦਾ ਤੂੰ? ਜਿਹੜੇ ਇਹਦਾ ਸਵਾਦ ਚੱਖਦੇ ਨੇ ਉਹਨਾਂ ਨੂੰ ਪੁੱਛ ਕੇ ਦੇਖ। ਨਾ ਜਵਾਨਾ, ਇਹਦਾ ਸਵਾਦ ਨਾ ਚੱਖਿਓ। ਉਹ ਘਰਾਂ ਦੇ ਦੀਵੇ ਬੁਝਾ ਦਿੰਦੀ ਹੈ, ਇਹ ਉਹ ਨਾਸ ਕਰ ਦਿੰਦੀ ਹੈ ਜਵਾਨਾ। ਨਾ ਜਾਇਓ ਤੁਸੀਂ, ਸ਼ੇਰੂ ਰੋਕ ਕੇ ਨਾ ਮੁੰਡਿਆਂ ਨੂੰ। ਚੁੱਪ ਕਰਕੇ ਬੈਠਾ ਨਹੀਂ ਜਾਂਦਾ ਇੱਥੋਂ ਸ਼ੇਰੂ? ਨਾ ਓਏ, ਇਹ ਉਹ ਨਸ਼ਾ ਜਿਹੜਾ ਬੰਦੇ ਨੂੰ ਤੜਫਾ ਤੜਫਾ ਕੇ ਮਾਰਦਾ। ਪਤਾ ਨਹੀਂ ਕਿੰਨੀ ਜਵਾਨੀ ਤਬਾਹ ਕਰਤੀ ਹੈ ਇਸਨੇ। ਰੁਕ ਜਾ, ਓਏ ਰੁਕ ਜਾ, ਨਾ ਇਹ ਪਾਪ ਕਮਾ। ਚਾਹੋ ਆਪਦੇ ਘਰਾਂ ਨੂੰ ਕੋਈ ਕੰਮ ਧੰਦਾ ਸ਼ੁਰੂ ਕਰ ਲਓ, ਤੁਹਾਡੇ ਮਾਪੇ ਉਡੀਕਦੇ ਹੋਣਗੇ। ਇਹਨੇ ਬੋਲਣੋ ਹਟਣਾ ਨਹੀਂ, ਤੁਸੀਂ ਜਾਓ। ਠੀਕ ਆ ਬਾਈ, ਆਓ ਵੀ ਚਲੀਏ। ਓ ਰੁਕ ਜਾਓ, ਓਏ ਓ ਰੁਕੋ, ਕਿੱਥੇ ਚੱਲੇ ਹੋ? ਸ਼ੇਰੂ ਸ਼ੇਰੂ ਰੋਕ ਇਹਨਾਂ ਨੂੰ। ਲਾਂਗਰੀ, ਰੋਟੀ ਲਿਆ ਬਈ, ਬੜੀ ਭੁੱਖ ਲੱਗੀ ਐ। ਬਾਕੀ ਫੌਜਾਂ ਕਿੱਧਰ ਭੱਗ ਗਈਆਂ? ਭਾਈ ਮੌਤ ਬੰਨਣ ਗਏ ਨੇ ਜ਼ਿੰਦਗੀਆਂ ਖਰੀਦਣ। ਚੁੱਪ ਕਰ ਓਏ ਬਾਬਾ, ਲੱਗਦਾ ਤੇਰਾ ਵੀ ਅਰਦਾਸਾ ਸੁਧਣਾ ਹੀ ਪਊ। ਉਹ ਚੱਠਿਆ, ਬੜੇ ਬੰਦੇ ਦੀ ਇੱਜ਼ਤ ਕਰੀਦੀ ਹੁੰਦੀ ਐ। ਨਾਨਕ ਫਿੱਕਾ ਬੋਲੀਆ, ਤਨ ਮਨ ਫਿੱਕਾ ਹੋਏ, ਕੀ ਤੋਂ ਚੰਗੀਆਂ ਗੱਲਾਂ ਦੀ ਉਮੀਦ ਕਰਦਾ। ਬਾਈ
ਬਾਈ ਉਹ ਚੁੱਪ ਬਾਈ ਯਾਰ ਹੁਣ ਕੀ ਕਰੀਏ ਅਯੋ ਰੱਬਾ ਹੁਣ ਵੀ ਬਹੁਤ ਨਿਕਲ ਗਿਆ ਸ਼ਹਿਰ ਵੀ ਬਹੁਤ ਦੂਰ ਆ ਭਾਈ ਜੇ ਤੁਸੀਂ ਕਹੋ ਤਾਂ ਮੈਂ ਕੁਝ ਕਰ ਸਕਦਾ ਹਾਂ ਬਾਬਾ ਜੀ ਬਾਬਾ ਜੀ ਤੁਸੀਂ ਬਚਾ ਲਓ ਸ਼ੇਰੂ ਨੂੰ ਕੋਈ ਨਾ ਘਬਰਾ ਮੈਂ ਦੇਖਦਾ ਓਹੋ ਹੋ ਹੋ ਇਹ ਕਿਵੇਂ ਹੋਇਆ ਨੰਜਾ ਸਾਲਾ ਲੰਡੂ ਬਦਮਾਸ਼ ਪਿੱਠ ਪਿੱਛੇ ਗੋਲੀ ਮਾਰ ਕੇ ਭੱਜ ਗਿਆ ਸਾਲੇ ਦੀ ਮੂਹਰੇ ਆਉਣ ਦੀ ਹਿੰਮਤ ਨਹੀਂ ਪਈ ਕਰਦੇ ਆ ਕੁਛ ਅੱਛਾ ਵੈਸੇ ਤਾਂ ਬਦਮਾਸ਼ ਦੀ ਜ਼ਿੰਦਗੀ ਬਹੁਤ ਛੋਟੀ ਹੁੰਦੀ ਹੈ ਬਦਮਾਸ਼ ਪੁਲਿਸ ਉੱਥੋਂ ਘੱਟ ਹੀ ਮਰਦਾ ਬਦਮਾਸ਼ ਬਾਬਾ ਜੀ ਸ਼ੇਰੂ ਠੀਕ ਤਾਂ ਹੋ ਜੂ ਹੁਣ ਭਾਈ ਇਹ ਤਾਂ ਨਹੀਂ ਮੈਂ ਪੱਕੀ ਤਰ੍ਹਾਂ ਕਹਿ ਸਕਦਾ ਹਾਂ ਜੇ ਇਹਦੀ ਵਧੀ ਹੋਈ ਫਿਰ ਇਹਨੂੰ ਕੋਈ ਮਾਰ ਨਹੀਂ ਸਕਦਾ ਜੇ ਇਹਦੀ ਨਾ ਵਧੀ ਹੋਈ ਫਿਰ ਇਹਨੂੰ ਕੋਈ ਬਚਾ ਨਹੀਂ ਸਕਦਾ ਪਰਮਾਤਮਾ ਅੱਗੇ ਅਰਦਾਸ ਕਰੋ ਰੱਬ ਭਲੀ ਕਰੂਗਾ ਮਾੜੇ ਕੰਮਾਂ ਦੇ ਮਾੜੇ ਨਤੀਜੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਵਾਹਿਗੁਰੂ ਸੱਚੇ ਵਾਹਿਗੁਰੂ ਦਾ ਦੀਪ ਉਹ ਪੁੱਤ ਦੀਪਿਆ ਆ ਦੇਖ ਸ਼ੇਰਾ ਉੱਠ ਸਵੇਰ ਹੋ ਗਈ ਤੇ ਸ਼ੇਰੂ ਨੂੰ ਹੋਸ਼ ਆ ਰਿਹਾ ਵਾਹਿਗੁਰੂ ਨੇ ਆਪਣੀ ਸੁਣ ਲਈ ਬਾਬਾ ਜੀ ਵਾਹਿਗੁਰੂ ਨੇ ਆਪਣੀ ਸੁਣ ਲਈ ਆ ਬਾਕੀਆਂ ਨੂੰ ਬਿਠਾ ਤੇ ਦੱਸ ਇਹਨਾਂ ਨੂੰ ਨਹਾ ਧੋ ਲਓ ਉਹ ਬਾਈ ਉੱਠੋ ਦੇਖੋ ਸ਼ੇਰੂ ਨੂੰ ਹੋਸ਼ ਆ ਗਈ ਬਾਈ ਕਿਵੇਂ ਠੀਕ ਆ ਤੂੰ ਬਾਈ ਤੇਰੀ ਤਬੀਅਤ ਤਾਂ ਠੀਕ ਆ ਬਾਈ ਆਪਣੀ ਸਾਰਿਆਂ ਦੀ ਵਾਹਿਗੁਰੂ ਨੇ ਸੁਣ ਲਈ ਕਿਹੜਾ ਵਾਹਿਗੁਰੂ ਬਾਈ ਜੀ ਤੁਸੀਂ ਬਚ ਗਏ ਗਿਆਨੀ ਜੀ ਨੇ ਤੁਹਾਡੀ ਜਾਨ ਬਚਾ ਲਈ ਨਾਲੇ ਗਿਆਨੀ ਜੀ ਨੇ ਤੁਹਾਡੇ ਗੋਲੀ ਵੀ ਕੱਢੀ ਆ ਤੇ ਤੁਹਾਡੀ ਲੰਬੀ ਉਮਰ ਦੀ ਅਰਦਾਸ ਵੀ ਕੀਤੀ ਆ ਓਏ ਜੇ ਅਰਦਾਸਾਂ ਨਾਲ ਲੰਮੀਆਂ ਉਮਰਾਂ ਹੋਣ ਲੱਗ ਗਈਆਂ ਤਾਂ ਲੋਕ ਮਰਨੋਂ ਹਟ ਜਾਣਗੇ ਬਾਈ ਜੀ ਤਾਂ ਹੀ ਤਾਂ ਤੁਸੀਂ ਬਚ ਗਏ ਗਿਆਨੀ ਨੂੰ ਬੁਲਾਓ ਬਾਈ ਜੀ ਸਾਰੀ ਰਾਤ ਦਾ ਉਰੀ ਬੈਠਾ ਸੀ ਹੁਣੇ ਗਿਆ ਮੈਂ ਬੁਲਾ ਕੇ ਲੈ ਕੇ ਆਉਣਾ ਬਾਈ ਹੁਕਮ ਕਰ ਚਾੜਦਾ ਨੰਜੇ ਨੂੰ ਗੱਡੀ ਨਾ ਬੱਲਿਆ ਉਹਨੂੰ ਫੇਰ ਦੇਖਾਂਗੇ ਆ ਮੁੰਡੇ ਕਹਿੰਦੇ ਤੈਂ ਮੇਰੀ ਜਾਨ ਬਚਾਈ ਹੈ ਜਾਨ ਬਚਾਉਣ ਵਾਲਾ ਮੈਂ ਕੌਣ ਹੁੰਦਾ ਭਾਈ ਕਰੇ ਕਰਾਵੇ ਆਪੋ ਆਪ ਮਾਨਸ ਦੇ ਕੇ ਕੁਛ ਨਹੀਂ ਹਾਥ ਹਿਸਟਰੀ ਦਾ ਪ੍ਰੋਫੈਸਰ ਹੈ ਆ ਡਾਕਟਰੀ ਕਿੱਥੋਂ ਸਿੱਖ ਲਈ ਭਾਈ ਮੈਂ ਪਿੰਗਲਵਾੜੇ 'ਚ ਪੜ੍ਹਿਆ ਭਗਤ ਪੂਰਨ ਸਿੰਘ ਮੇਰੇ ਪਿਤਾ ਜੀ ਉਹਨਾਂ ਪਾਸੋਂ ਮੈਂ ਤੇਰਾ ਦੁਸ਼ਮਣ ਸੀ ਤੈਂ ਮੈਨੂੰ ਫਿਰ ਵੀ ਬਚਾ ਲਿਆ ਭਾਈ ਮੇਰੇ ਲਈ ਸਿਰਫ ਤੂੰ ਇੱਕ ਜ਼ਖਮੀ ਸੀ ਭਾਈ ਕਨਈਆ ਜੀ ਨੇ ਤਾਂ ਉਹੀ ਮੱਲਮ ਸਿੱਖਾਂ ਲਈ ਵਰਤੀ ਅਤੇ ਉਹੀ ਮੱਲਮ ਮੁਸਲਮਾਨਾਂ ਲਈ ਸਭ ਨੂੰ ਬਿਨਾਂ ਫਰਕ ਪਾਣੀ ਪਿਆਇਆ ਨਾ ਕੋ ਬੈਰੀ ਨਾ ਹੈ ਬੇਗਾਨਾ ਸਗਲ ਸੰਗ ਹਮ ਕੋ ਬਨਾਈ ਨਾ ਸਮਝੀ ਤੂੰ ਮੇਰੇ ਤੇ ਅਹਿਸਾਨ ਕੀਤਾ ਸ਼ੇਰੂ ਨੇ ਕਦੇ ਕਿਸੇ ਦਾ ਅਹਿਸਾਨ ਨਹੀਂ ਰੱਖਿਆ ਅਹਿਸਾਨ ਅਹਿਸਾਨ ਤਾਂ ਭਾਈ ਤੁਹਾਡੇ ਵਰਗੇ ਲੋਕ ਸਮਝਦੇ ਹੋਣਗੇ ਮੈਂ ਤਾਂ ਆਪਣਾ ਫਰਜ਼ ਪੂਰਾ ਕੀਤਾ ਹਾਂ ਤੇਰਾ ਜ਼ਖਮ ਬਹੁਤ ਗਹਿਰਾ ਹੈ ਅਤੇ ਖੂਨ ਬਹੁਤ ਬਹਿ ਗਿਆ ਤੈਨੂੰ ਆਰਾਮ ਦੀ ਲੋੜ ਹੈ ਦੋ ਚਾਰ ਦਿਨ ਕਮਜ਼ੋਰੀ ਵੀ ਹੋਊਗੀ ਜੇ ਤੂੰ ਕਹੇ ਮੈਂ ਜੰਗਲ 'ਚ ਜਾ ਕੇ ਜੜੀਆਂ ਬੂਟੀਆਂ ਲਿਆ ਕੇ ਤੇਰੇ ਲਈ ਮੱਲਮ ਤਿਆਰ ਕਰ ਸਕਦਾ ਜ਼ਖਮ ਛੇਤੀ ਭਰ ਜੂ ਪਰ ਤੂੰ ਇਹ ਨਾ ਸੋਚੀ ਭਾਈ ਕਿ ਗੁਰੂ ਦਾ ਸਿੱਖ ਕਿਤੇ ਭੱਜੂ ਭੱਜ ਕੇ ਜਾਵੇਗਾ ਕਿੱਥੇ ਆ ਸਾਹਮਣੇ ਪਾਕਿਸਤਾਨ ਹੈ ਇਹ ਦੂਰ ਦੂਰ ਤੱਕ ਜੰਗਲ ਹੈ ਇਹ ਜੰਗਲ ਦਾ ਤਾਂ ਸਾਨੂੰ ਭੇਤ ਨਹੀਂ ਤੈਨੂੰ ਕਿੱਥੋਂ ਭੇਤ ਆਊਗਾ ਤੈਨੂੰ ਆਰਾਮ ਦੀ ਲੋੜ ਹੈ ਭਾਈ ਤੂੰ ਆਰਾਮ ਕਰ ਉਹ ਮੁੰਡਿਓ ਲਾ ਛੱਡ ਦੋ ਗਿਆਨੀ ਨੂੰ ਜੇ ਬਚਣ ਦੀ ਕੋਸ਼ਿਸ਼ ਕਰੇ ਨਾ ਗੋਲੀ ਮਾਰ ਦਿਓ ਹਾਂ ਬਾਬਾ ਜੀ ਨਾਲੇ ਤੁਸੀਂ ਨਹਾ ਧੋ ਲਵੋ ਪਾਠ ਵੀ ਕਰਨਾ ਹੁੰਦਾ ਅੱਛਾ ਚੱਲ ਤੂੰ ਜ਼ਿਆਦਾ ਗੱਲਾਂ ਨਾ ਕਰ ਤੈਨੂੰ ਆਰਾਮ ਦੀ ਲੋੜ ਹੈ ਆਰਾਮ ਕਰ
ਇਹਦਾ ਖਿਆਲ ਰੱਖੋ ਭਾਈ ਦੀਪੇ। ਸਰੀਰ ਵੀ ਤੂੰ ਨੂਰ ਵੀ ਤੂੰ ਨੀਰ ਵੀ ਤੂੰ ਆਤਮਾ ਤੇ ਸਰੀਰ ਵੀ ਤੂੰ ਹਰ ਜ਼ਾਲਮ ਬੰਦੇ ਵਿੱਚ ਬੈਠਾ ਹਰ ਜ਼ਾਲਮ ਬੰਦੇ ਵਿੱਚ ਬੈਠਾ ਹੁੰਦਾ ਹੈ ਇੱਕ ਬੰਦਾ ਆਜਾ ਅੰਦਰ ਚੱਲੀਏ। ਬਸ ਸ਼ੀਰਾ ਮੈਂ ਇੱਥੇ ਠੀਕ ਹਾਂ। ਲੈ ਬਾਬਾ ਰੋਟੀ ਖਾ ਲੈ, ਤੂੰ ਕੁਝ ਨਹੀਂ ਖਾਦਾ, ਕਿੰਨੇ ਦਿਨ ਹੋ ਗਏ। ਨਾ ਪੁੱਤਰਾ, ਇਹ ਪਾਪ ਦੀ ਕਮਾਈ ਦੀ ਰੋਟੀ ਹੈ, ਇਹਨੂੰ ਤਾਂ ਮੈਂ ਹੱਥ ਵੀ ਨਹੀਂ ਲਾ ਸਕਦਾ, ਮੈਂ ਨਹੀਂ ਖਾਣੀ। ਭੁੱਖੇ ਰਹਿ ਕੇ 100 ਬਿਮਾਰੀਆਂ ਲੱਗਦੀਆਂ ਨੇ, ਲੈ ਇੱਕ ਰੋਟੀ ਖਾ ਲੈ। ਬਾਬਾ ਮੈਥੋਂ ਤੇਰੀ ਇਹ ਹਾਲਤ। ਕੁਛ ਨਹੀਂ ਹੋਇਆ ਪੁੱਤਰਾ ਮੇਰੀ ਹਾਲਤ ਨੂੰ, ਮੇਰੇ ਬੱਚੇ, ਸਗੋਂ ਇਹ ਰੋਟੀ ਲਿਆ ਕੇ ਤੂੰ ਗਲਤ ਕੰਮ ਕੀਤਾ। ਲੈ ਮੈਂ ਕੀ ਗਲਤ ਕਰ ਰਿਹਾ? ਦੇਖ ਪੁੱਤਰਾ, ਤੇਰੇ ਸਰਦਾਰ ਸ਼ੇਰੂ ਨੇ ਮੈਨੂੰ ਭੁੱਖੇ ਰਹਿਣ ਦੀ ਸਜ਼ਾ ਦਿੱਤੀ ਹੈ, ਤੂੰ ਉਹਦੀ ਹੁਕਮ ਅਦੂਲੀ ਕਰਕੇ ਗਲਤ ਨਹੀਂ ਕਰ ਰਿਹਾ ਤਾਂ ਹੋਰ ਕੀ ਕਰ ਰਿਹਾ? ਚੱਲ ਛੱਡ, ਤੇਰੀ ਪੜ੍ਹਨ ਲਿਖਣ ਦੀ ਉਮਰ ਹੈ, ਥੋੜ੍ਹਾ ਬਹੁਤ ਪੜ੍ਹਿਆ? ਹਾਂ, ਮੈਂ ਪੜ੍ਹਨਾ ਚਾਹੁੰਦਾ ਸੀ, ਕੁਝ ਬਣਨਾ ਚਾਹੁੰਦਾ ਸੀ, ਪਰ ਕੀ ਪੁੱਤਰਾ? ਮੇਰੇ ਬੱਚੇ, ਦੁਨੀਆਂ ਵਿੱਚ ਆ ਕੇ ਸਿੱਖਿਆ ਪ੍ਰਾਪਤ ਕਰਨੀ ਬੜਾ ਉੱਤਮ ਕਾਰਜ ਹੈ। ਸਿੱਖਿਆ ਲੈ ਕੇ ਦੁਨੀਆਂ ਬਾਰੇ ਜਾਣਨਾ, ਇਸ ਦੀਨ ਦੁਨੀਆਂ ਨੂੰ ਸਮਝਣਾ ਚੰਗੀ ਗੱਲ ਹੈ। ਤੇਰੇ ਚੰਗੇ ਵਿਚਾਰ ਨੇ ਮੇਰੇ ਬੱਚੇ, ਫਿਰ ਤੂੰ ਭੈੜੇ ਲੋਕਾਂ ਦੀ ਸੰਗਤ ਛੱਡ ਕਿਉਂ ਨਹੀਂ ਦਿੰਦਾ? ਮੈਂ ਕਈ ਵਾਰ ਸੋਚਿਆ ਕਿ ਇਹਨਾਂ ਨੂੰ ਛੱਡ ਦੇਵਾਂ, ਪਰ ਜਿਹੜਾ ਵੀ ਇਹਨਾਂ ਨੂੰ ਛੱਡਦਾ ਉਹਨੂੰ ਇਹ ਜਾਨੋਂ ਮਾਰ ਦਿੰਦੇ ਨੇ। ਪਰ ਮੇਰੇ ਬੱਚੇ, ਇੱਥੇ ਰਹਿ ਕੇ ਕਿਹੜਾ ਤੁਹਾਡੀ ਹਾਲਤ ਮੋਇਆਂ ਤੋਂ ਭੈੜੀ ਨਹੀਂ? ਪੁੱਤਰਾ, ਦੂਜਿਆਂ ਦੇ ਬੱਚਿਆਂ ਨੂੰ ਨਸ਼ਿਆਂ 'ਤੇ ਲਾਉਣਾ, ਹੋਰ ਕਰਾਹੇ ਪਾਉਣਾ, ਜਿਹੜੇ ਕੰਮ ਤੁਸੀਂ ਕਰਦੇ ਹੋ ਇਹ ਇਨਸਾਨੀਅਤ ਦੇ ਉਲਟ ਨੇ। ਬਾਬਾ ਸਾਨੂੰ ਤੇਰੇ 'ਤੇ ਬਹੁਤ ਆਸਾ ਨੇ। ਬਾਬਾ ਤੂੰ ਹੀ ਸਾਨੂੰ ਹੁਣ ਬਚਾ ਸਕਦਾ। ਹੈਲੋ, ਸ਼ੇਰੂ ਬੋਲਦਾ। ਓਏ ਪਹੁੰਚ ਜਾਂਦਾ ਮਾਲ। ਹਾਂ ਮੈਂ ਕਹਿੰਦਾ ਅੱਜ ਹੀ ਪਹੁੰਚਦਾ ਕਰ ਦਿੰਦਾ, ਠੀਕ ਹੈ, ਓਕੇ। ਓ ਮੁੰਡਿਓ, ਓ ਜੱਸੀ, ਓ ਕਾਲੂ, ਓ ਕਿੱਧਰ ਭੱਗ ਗਏ? ਆ ਗਏ ਬਾਈ ਜੀ। ਉਹ ਪਤੰਦਰੋ, ਉਹ ਮੈਂ 4 ਦਿਨ ਮੰਜੇ 'ਚ ਕਾਹਦਾ ਪੈ ਗਿਆ, ਤੁਸੀਂ ਤਾਂ ਸਾਰਾ ਕੰਮ ਹੀ ਠੱਪ ਕਰਕੇ ਬਹਿ ਗਏ। ਆ ਮਾਲ ਬਿਨਾਂ ਆਪਾਂ ਕਿਸੇ ਕੰਮ ਦੇ ਨਹੀਂ ਹੈਗੇ, ਕਾਲਜਾਂ ਦੇ ਵਿੱਚ ਮਾਲ ਸਪਲਾਈ ਕਰਨ ਵਾਲਾ, ਜਾਂ ਅੰਦਰੋਂ ਬੈਗ ਲਿਆ ਚੱਕ ਕੇ। ਓਏ ਆਪਾਂ ਕਿਸੇ ਕੰਮ ਦੇ ਨਹੀਂ ਮਾਲ ਤੋਂ ਬਗੈਰ, ਸਮਝ ਗਏ ਤੁਸੀਂ? ਸਾਰਾ ਕੰਮ ਠੱਪ ਕਰਕੇ ਬਹਿ ਗਏ।
जाओ आ सप्लाई करके आओ ते डिलीवरी करो अज आए। ओए भलिया लोका, रब ने तेनू नवा जीवन इस करके दिता है कि तू फिर आ माड़े कर्म करें। क्यों, इसे गुरुद्वारे का ग्रंथी लग जा फिर मैं? ए तेरे भागा च किथे चेरू, मन मेरी गल कर देना, मुंडिया नू अपनी गुलामी तो आजाद जान देना, आपो अपने घरी ते नवा जीवन शुरू करन दे। ओए ए मेरियां बाहां ने, मैं भरावां तो बद के रखदा इन्हां नू, भरावां तो बद के। भरा नहीं शेरू, तू इन्हां नू धोखा दे रहा। ओए मोहरे ने तेरे, कठ पुतलियां ने, इन्हां नू तू अपने इशारियां ते नचा रहा, अपने स्वार्थ लई वरत रहा। मैं प्यार करदा इन्हां नू, प्यार करदा। ओए जे तेरे भरा होंदे, जे तू इन्हां नू प्यार करदा, फिर तू इन्हां नू जिंदगी दे नवें राहां ते पाउंदा, इन्हां नू इंसानियत दा पाठ पढ़ाउंदा, इन्हां दे हत्थां तों किताबां खोह के इन्हां नू नशेड़ी ना बणाउंदा। ये सारा कुछ तू अपने स्वार्थ लई कर रहा, जरा सोचता सही। ओए मासूम ने अपनी जान की बाजी ला के ये तेरे लिए नशा सप्लाई करते ने, लोगों नू मौत बढ़ते ने। तेरा तो फर्ज बनता सी बड़े होने के नाते इन्हां नू इंसानियत का पाठ पढ़ा के चंगे राह पाउण दा, पर नहीं, तू अपने लालच लई इन्हां नू वरत रहा है, इन्हां नू कुराहे पा रहा है, तेरे लिए चंगा नहीं। बंद कर दे बस, जान देना आपो अपने घरी। बकवास बंद कर, मुंडियो माल सप्लाई करो। शेरू क्यों कमलियां गल्लां करदा है? देख तेरे अंदर भी इंसान जाग सकदा है, जिन्हां मामा दे पुत्तां नू तूं नशियां ते ला के इस जहानों तोड़ दिता है। तू गुनाहगार उन्हां लोकां दा, इन्हां नू उस गुनाहगार दे भागी ना बना। मन लै मेरी गल, जान दे इन्हां नू वापस ते नवीं जिंदगी शुरू करन दे। ओए कमलिया, ओए सज्जन ठग वर्गे, सदने कसाई वर्गे लोगों जो ज्ञान होया वो लोग भी भगत बने। तू भी अपने अंदरले ज्ञान नू जगा, चंगा बंदा बन सकदा। ओए तू कम कर, कम मेरा दिमाग खराब ना कर, तैनूं तां पता है मैं बहुत पुठी खोपड़ी का बंदा, पुठी खोपड़ी का, बकवास ना मार, समझ गल सुन मुंडियो, तैयार होवो ते जल्दी जल्दी आ माल सप्लाई करो, ये कनी ध्यान ना देवो। शेरू मन लै मेरी गल, हजे जान दे मुंडे नू अपने घरे ते नवीं जिंदगी शुरू करन दे, अते खुदा दा बैर हुंदा है। ओए मन लै मेरी गल। उतरो, मैं देखिया जदों शेरू ने थोनू आ माल सप्लाई करन लई किया, तुसी किसे ने हामी नहीं भरी, इहदा मतलब ਤੁਹਾਡੇ ਅੰਦਰਲਾ ਇਨਸਾਨ ਜਾਗ ਰਿਹਾ ਹੈ, ਉਸ ਅਕਾਲ ਪੁਰਖ ਵਾਹਿਗੁਰੂ ਦੀ ਤੁਹਾਡੇ 'ਤੇ ਕਿਰਪਾ ਹੋ ਰਹੀ ਹੈ। ਮੇਰੇ ਬੱਚੇ, ਤੁਸੀਂ ਸਾਰੇ ਸਹੀ ਰਾਹ 'ਤੇ ਜਾ ਰਹੇ ਹੋ, ਦੇਖਿਓ ਕਿਤੇ ਇਸ ਰਾਹ ਤੋਂ ਪਿੱਛੇ ਨਹੀਂ ਹਟਣਾ। ਇਸ ਨਸ਼ੇ ਨੂੰ, ਇਸ ਭੈੜੇ ਨਸ਼ੇ ਨੂੰ ਜਿਹਨੇ ਲੱਖਾਂ ਕਰੋੜਾਂ ਜ਼ਿੰਦਗੀਆਂ ਖਰਾਬ ਕਰਤੀਆਂ, ਇਹਨੂੰ ਤੁਸੀਂ ਕਦੇ ਹੱਥ ਨਹੀਂ ਲਾਉਣਾ। ਮੈਂ ਕਿਸੇ ਹੋਰ ਜਵਾਨ ਦੀ ਜ਼ਿੰਦਗੀ ਬਰਬਾਦ ਨਹੀਂ ਹੋਣ ਦਿਆਂਗਾ, ਅੱਗ ਲਾ ਕੇ ਫੂਕ ਦਿਆਂਗੇ ਇਸ ਨਸ਼ੇ ਨੂੰ। ਬਸ ਪੁੱਤਰੋ, ਹਾਂ ਇਹ ਪਹਿਲਕਦਮੀ ਸਾਨੂੰ ਬਹੁਤ ਪਹਿਲਾਂ ਕਰਨੀ ਚਾਹੀਦੀ ਸੀ। ਅਸੀਂ ਲੇਟ ਜ਼ਰੂਰ ਹਾਂ, ਪਰ ਮੇਰੇ ਬੱਚਿਓ, ਇਹ ਨਸ਼ਾ ਕਲੰਕ ਹੈ ਸਾਡੇ ਸਮਾਜ 'ਤੇ। ਓਏ ਇਹ ਕੀ ਤੂੰ ਕੀਤਾ, ਇਹ ਕੀ ਤੂੰ ਕੀਤਾ? ਓਏ ਇਹ ਕੀ ਤੂੰ ਕੀਤਾ? ਓਏ ਤੈਨੂੰ ਪਤਾ ਇਸ ਦੀ ਕੀਮਤ ਆ? ਹਾਂ, ਪਰ ਮੇਰੇ ਲਈ ਇਸ ਦੀ ਕੀਮਤ ਮਿੱਟੀ ਸੀ। ਇਸ ਮਿੱਟੀ ਨੇ ਪਤਾ ਨਹੀਂ ਕਿੰਨੇ ਨੌਜਵਾਨ ਮਿੱਟੀ 'ਚ ਮਿਲਾ ਤੇ, ਪਰ ਮੈਂ ਇਹਨਾਂ ਨੌਜਵਾਨਾਂ ਨੂੰ ਮਿੱਟੀ ਨਹੀਂ ਹੋਣ ਦਿਆਂਗਾ, ਨਹੀਂ ਹੋਣ ਦਿਆਂਗਾ। ਮੈਂ ਮਾਰ ਦੂੰਗਾ ਤੈਨੂੰ, ਮੈਂ ਮਾਰ ਦੂੰਗਾ ਤੈਨੂੰ। ਮਾਰ ਮਾਰ ਗੋਲੀ ਮਾਰਦਾ ਕਿਉਂ ਨਹੀਂ? ਤੇਰੇ ਹੱਥ ਕਿਉਂ ਕੰਬਦੇ ਨੇ? ਇਸ ਲਈ, ਕਿਉਂਕਿ ਮੈਂ ਗੁਰੂ ਦਾ ਸੱਚਾ ਸਿੱਖ ਹਾਂ, ਤੇ ਤੂੰ ਇਸ ਨਸ਼ੇ ਦੀ ਦਲਦਲ 'ਤੇ ਖੜਾ ਝੂਠ ਦਾ ਵਪਾਰੀ, ਜਿਹੜਾ ਇਹਨਾਂ ਨੌਜਵਾਨਾਂ ਦੀ ਜ਼ਿੰਦਗੀਆਂ ਨਾਲ ਖੇਡਣਾ ਚਾਹੁੰਦਾ ਹੈ। ਨਹੀਂ ਨਹੀਂ, ਬਰਬਾਦ ਹੋਣ ਦਿਆਂਗੇ ਇਹਨਾਂ ਨੌਜਵਾਨਾਂ ਨੂੰ।
ਅਜੇ ਤੇਰਾ ਜ਼ਖਮ ਨਹੀਂ ਭਰਿਆ। ਜਦ ਤੱਕ ਮੈਂ ਨੰਜੇ ਨੂੰ ਨਹੀਂ ਮਾਰਦਾ ਮੇਰਾ ਜ਼ਖਮ ਕਦੇ ਨਹੀਂ ਭਰਨਾ। ਬਾਈ ਅਸੀਂ ਵੀ ਤੇਰੇ ਨਾਲ ਚੱਲਾਂਗੇ। ਨਹੀਂ ਛੋਟੇ, ਮੈਂ ਤੁਹਾਡੀ ਜਾਨ ਖਤਰੇ 'ਚ ਨਹੀਂ ਪਾਉਣੀ ਚਾਹੁੰਦਾ। ਨੰਜੇ ਨੂੰ ਸਿਰਫ ਮੈਂ ਮਾਰੂੰਗਾ। ਨਹੀਂ ਸ਼ੇਰੂ, ਤੂੰ ਕਿਸੇ ਨੂੰ ਨਹੀਂ ਮਾਰੇਗਾ। ਜੇ ਮੈਂ ਨਾ ਉਹਨੂੰ ਮਾਰਿਆ ਉਹ ਮੈਨੂੰ ਮਾਰ ਦੂਗਾ। ਕਮਲਿਆ, ਉਸ ਰੱਬ ਦੇ ਪਾਣੀ ਨੂੰ ਸਮਝ। ਜੇ ਤੇਰੀ ਮੌਤ ਉਹਦੇ ਹੱਥੋਂ ਲਿਖੀ ਹੁੰਦੀ ਤਾਂ ਗੋਲੀ ਤੇਰੇ ਦਿਲ 'ਚ ਵੱਜਣੀ ਸੀ ਜਿਹੜੀ ਤੇਰੇ ਮੋਢੇ 'ਚ ਵੱਜੀ ਹੈ। ਪਰ ਆਇਆ ਤਾਂ ਮੈਨੂੰ ਮਾਰਨ ਸੀ ਨਾ। ਹਾਂ, ਉਹ ਤੈਨੂੰ ਮਾਰਨ ਜ਼ਰੂਰ ਆਇਆ ਸੀ, ਪਰ ਰੱਖਣ ਵਾਲਾ ਬਹੁਤ ਬੇਅੰਤ ਹੈ, ਉਹਨੇ ਤੈਨੂੰ ਬਚਾ ਲਿਆ ਨਾ। ਪਰ ਸੁਣ ਬਾਬਾ, ਜਦ ਤੱਕ ਮੈਂ ਨੰਜੇ ਨੂੰ ਨਹੀਂ ਮਾਰੂੰਗਾ ਨਾ, ਤਦ ਤੱਕ ਮੇਰੇ ਅੰਦਰ ਬਲਦੇ ਜਿਹੜੇ ਭਾਂਬੜ ਠੰਡੇ ਨਹੀਂ ਹੋਣਗੇ। ਨਹੀਂ ਸ਼ੇਰੂ, ਉਹਨੂੰ ਮਾਰ ਕੇ ਤੈਨੂੰ ਇੱਕ ਦਿਨ ਲਈ ਸ਼ਾਂਤੀ ਮਿਲ ਸਕਦੀ ਹੈ, ਕੁਝ ਸਮੇਂ ਲਈ ਸਕੂਨ ਮਿਲ ਸਕਦਾ, ਪਰ ਉਹਨੂੰ ਮਾਫ਼ ਕਰਕੇ ਤੂੰ ਸਦਾ ਸਕੂਨ ਦੀ ਨੀਂਦ ਸੋਏਗਾ, ਤੈਨੂੰ ਸ਼ਾਂਤੀ ਮਿਲੂਗੀ ਸਦਾ ਲਈ। ਪਾਸੇ ਹਟ ਜਾ ਬਾਬਾ, ਮੈਂ ਬੜਾ ਪੁੱਠੀ ਖੋਪੜੀ ਦਾ ਬੰਦਾ, ਪਾਸੇ ਹਟ ਜਾ। ਸ਼ੇਰੂ, ਜੇ ਤੇਰੀ ਇੱਜ਼ਤ ਹੈ ਫਿਰ ਇਸ ਗੁਰੂ ਦੇ ਸਿੰਘ ਦੀ ਵੀ ਇੱਜ਼ਤ ਹੈ। ਅੱਜ ਜੇ ਤੂੰ ਕਿਸੇ ਨੂੰ ਮਾਰਨ ਜਾਏਗਾ ਤਾਂ ਇਸ ਗੁਰੂ ਦੇ ਸਿੱਖ ਦੀ ਲਾਸ਼ ਉਤੋਂ ਦੀ ਜਾਏਗਾ। ਆ ਜਾ, ਪਹਿਲਾਂ ਮਾਰ ਮੈਨੂੰ। ਮੈਂ ਕਹਿਣਾ ਪਾਸੇ ਹਟ ਜਾ ਬਾਬਾ। ਬਾਬੇ ਦੀ ਗੱਲ ਮੰਨ ਲਾ ਸ਼ੇਰੂ ਬਾਈ। ਹਾਂ ਬਾਈ, ਮੰਨ ਲੈ ਬਾਈ। ਰੋਕੋ ਗਿਆ, ਚਲਾ ਜੀਪ, ਚੜਾ ਦੇ ਮੇਰੇ ਤੇ। ਹਮ ਨਹੀਂ ਚੰਗੇ ਬੁਰਾ ਨਹੀਂ ਕੋਈ, ਧੰਨ ਬਾਬਾ ਨਾਨਕਾ। ਆ ਪੁੱਤ ਦਾਤਾ। ਕਰ ਰਿਹਾ ਮੈਂ ਇਹਦੇ ਬਿਨਾ ਰਹਿ ਨਹੀਂ ਸਕਦਾ। ਸ਼ੇਰਾ, ਜਿਨ੍ਹਾਂ ਮਾਪਿਆਂ ਨੇ ਤੈਨੂੰ ਪਾਲ ਪੋਸ ਕੇ ਐਡਾ ਵੱਡਾ ਕੀਤਾ, ਜ਼ਿੰਦਗੀ ਜਿਉਣ ਦੇ ਲਾਇਕ ਕੀਤਾ, ਜਦ ਉਹਨਾਂ ਬਿਨਾ ਰਹਿ ਸਕਦਾ, ਫਿਰ ਇਹ ਤਾਂ ਚੀਜ਼ ਹੀ ਕੀ ਹੈ? ਜਿਉਣ ਲਈ ਜ਼ਿੰਦਗੀ 'ਚ ਬੱਚਿਆ ਵੀ ਕੀ ਆ? ਨਾ ਪੁੱਤ, ਜ਼ਿੰਦਗੀ ਜਿਉਣ ਦਾ ਨਾਂ ਹੈ, ਜ਼ਿੰਦਗੀ ਸਮਝਣ ਦਾ ਨਾਂ ਹੈ। ਜ਼ਿੰਦਗੀ ਨੂੰ ਆਪਣੇ ਨਜ਼ਰੀਏ ਨਾਲ ਦੇਖ। ਇਹ ਮਾਨਸ ਜਨਮ ਦੁਰਲੱਭ ਹੈ, ਮਿਲੇ ਨਾ ਬਾਰੋ ਬਾਰ, ਇਹਨੂੰ ਜਾਈ ਨਾ ਗਵਾਓ। ਪਰ ਜ਼ਿੰਦਗੀ ਜਿਉਣ ਲਈ ਵੀ ਕੋਈ ਸਹਾਰਾ ਚਾਹੀਦਾ, ਕੋਈ ਮਕਸਦ ਚਾਹੀਦਾ। ਜੋ ਮੇਰੇ ਜਿਉਣ ਦਾ ਸਹਾਰਾ ਸੀ ਜਦ ਉਹੀ ਛੱਡ ਗਈ। ਅੱਛਾ, ਤਾਂ ਇਹ ਗੱਲ ਹੈ। ਦੇਖ ਮੇਰੇ ਬੱਚੇ, ਜ਼ਿੰਦਗੀ ਵਿੱਚ ਬਹੁਤ ਸਾਰੀਆਂ ਤਕਲੀਫਾਂ ਨੇ, ਦੁੱਖ ਨੇ, ਮੁਸੀਬਤਾਂ ਨੇ, ਪਰ ਇਹਨਾਂ ਮੁਸੀਬਤਾਂ ਤੋਂ ਘਾਬਰੀਦਾ ਨਹੀਂ ਹੁੰਦਾ, ਇਹਨਾਂ ਦਾ ਸਾਹਮਣਾ ਕਰੀਦਾ, ਇਹਨਾਂ ਦੇ ਹੱਲ ਲੱਭੀਦੇ ਨੇ। ਬੱਚੇ, ਆਪਣੀ ਮਾਂ ਬਾਰੇ ਸੋਚ, ਜਿਹੜੀ ਹਰ ਰੋਜ਼ ਬੂਹੇ 'ਚ ਖੜ ਕੇ ਤੇਰਾ ਇੰਤਜ਼ਾਰ ਕਰਦੀ ਹੈ। ਜ਼ਿੰਦਗੀ ਫਰਜ਼ਾਂ ਨੂੰ ਪਛਾਣਨ ਦਾ ਨਾਂ ਹੈ, ਜ਼ਿੰਦਗੀ ਜ਼ਿੰਮੇਵਾਰੀਆਂ ਨੂੰ ਸਮਝਣ ਦਾ ਨਾਂ ਹੈ। ਸ਼ੇਰਾ, ਇਸ ਸਮੇਂ ਤੇਰਾ ਸਭ ਤੋਂ ਵੱਡਾ ਫਰਜ਼ ਹੈ ਆਪਣੇ ਮਾਂ ਪਿਓ ਦੀ ਸੇਵਾ ਕਰਨਾ। ਪੁੱਤ, ਜ਼ਿੰਦਗੀ ਵੱਲ ਇੱਕ ਕਦਮ ਵਧਾ ਕੇ ਦੇਖ, ਤੇਰੇ ਲਈ ਹਜ਼ਾਰਾਂ ਦਰਵਾਜ਼ੇ ਖੁੱਲ੍ਹਣਗੇ। ਉਸ ਅਕਾਲ ਪੁਰਖ ਦੇ ਭੇਦ ਨੂੰ ਸਮਝਣ ਦੀ ਕੋਸ਼ਿਸ਼ ਕਰ। ਜਿੱਦਣ ਤਾਂ ਜ਼ਿੰਦਗੀ ਜਿਉਣ ਵੱਲ ਇੱਕ ਕਦਮ ਵਧਾਇਆ ਨਾ, ਜ਼ਿੰਦਗੀ ਦੇ ਭੇਦ ਨੂੰ ਸਮਝ ਲਿਆ, ਫਿਰ ਤੈਨੂੰ ਦੁਨਿਆਵੀ ਨਸ਼ਿਆਂ ਦੀ ਲੋੜ ਨਹੀਂ ਪੈਣੀ। ਨਾਮ ਖੁਮਾਰੀ ਨਾਨਕਾ, ਚੜੀ ਰਹੇ ਦਿਨ ਰਾਤ। ਛੱਡ ਦੇ ਪੁੱਤਰਾ ਇਹਦਾ ਖੈੜਾ, ਕਰ ਕੋਸ਼ਿਸ਼। ਅੱਛਾ ਭਾਈ, ਵਾਹਿਗੁਰੂ ਵਾਹਿਗੁਰੂ, ਸੇਵਕੋ ਸੇਵਾ ਬਣਾਏ। ਸਤਿ ਨਾਮ।
तेरा सिरजिया जंतू पत्थरां बिच भी खांदा ए पर मानव लालच विच पै के मौत ही बेची जांदा ए रोटी तां तेरा सिरजिया जंतू पत्थरां बिच भी खांदा ए पर मानव लालच विच पै के मौत ही बेची जांदा ए मारने वाले केड़ा रहंदे मारने वाले केड़ा रहंदे अंत तने की ने सजने जय जालम भी कृपा संग तरी जांदे ने कृपा करके रात नू बदली जो माड़े राह जांदे ने सजन सदने जय जालम भी कृपा संग तरी जांदे ने कृपा करके रात तू बदली जो माड़े राह जांदे ने तेरा दिता पहनण पीवण तेरा दिता पहनण पीवण तेरा दिता खावण खाना आखर नू रोटी खा ला अस्था जय जय है गया रोटी ना तेरा कदा बैर नाले होर सुन ला हाथ धो के लेके आया तेरा अमृत छकया होया ना ले खा ला भाई आज तेनू साड़ी याद किवें आ गई भुखा रहेगा तो मर जाएगा ਭਾਈ ਕੁੱਤਿਆਂ ਬਿੱਲਿਆਂ ਦੀ ਵੀ ਕੋਈ ਕਦਰ ਹੁੰਦੀ ਹੈ ਪਰ ਤੇਰੇ ਦਿਲ ਦਿਮਾਗ ਵਿੱਚ ਤਾਂ ਇਨਸਾਨ ਦੀ ਕੋਈ ਕਦਰ ਨਹੀਂ ਰੋਟੀ ਖਾ ਲੈ ਭੁੱਖਾ ਮੈਂ ਭੁੱਖਾ ਤਾਂ ਕੀ ਹੋ ਗਿਆ ਇਸ ਧਰਤੀ 'ਤੇ ਲੱਖਾਂ ਕਰੋੜਾਂ ਲੋਕ ਰੋਜ਼ ਭੁੱਖੇ ਸੌਂ ਜਾਂਦੇ ਨੇ ਲੋਕਾਂ ਨੂੰ ਛੱਡ ਲਪੜ ਖਾ ਲੈ ਭੁੱਖੇ ਤੋਂ ਤੇਤੋਂ ਪਾਠ ਵੀ ਨਹੀਂ ਹੋਣਾ ਤੇਰੀ ਇਸ ਰੋਟੀ ਵਿੱਚ ਮੈਨੂੰ ਗਰੀਬਾਂ ਦਾ ਲਹੂ ਨਜ਼ਰ ਆਉਂਦਾ ਇਸ ਕਰਕੇ ਮੇਰਾ ਭੁੱਖਾ ਰਹਿਣਾ ਬਿਹਤਰ ਹੈ ਔਰ ਫਿਰ ਅਸੀਂ ਮਜ਼ਦੂਰੀ ਕਰੀਏ ਮਜ਼ਦੂਰੀ ਕਰਨਾ ਕੋਈ ਪਾਪ ਨਹੀਂ ਕਿਰਤ ਹੈ ਰੱਬ ਨੇ ਸਾਨੂੰ ਹੱਥ ਕਿਰਤ ਕਰਨ ਲਈ ਦਿੱਤੇ ਨੇ ਕਿਰਤ ਕਰਨਾ ਬੰਦੇ ਦਾ ਕਰਮ ਹੈ ਬਾਬੇ ਨਾਨਕ ਨੇ ਸਭ ਤੋਂ ਵੱਡਾ ਮਹੱਤਵ ਕਿਰਤ ਨੂੰ ਦਿੱਤਾ ਨਾਮ ਜਪਣ ਤੇ ਵੰਡ ਛਕਣ ਤੋਂ ਪਹਿਲਾਂ ਕਿਰਤ ਕਰੋ ਕਿਹਾ ਕਿਰਤ ਕਰੋ ਨਾਮ ਜਪੋ ਵੰਡ ਛਕੋ ਫਿਰ ਸਾਰਾ ਕੁਛ ਬਾਅਦ ਵਿੱਚ ਛੱਡ ਤੇਰੀ ਕਿਸਮਤ ਦੇ ਵਿੱਚ ਤਾਂ ਭੁੱਖਾ ਮਰਨਾ ਲਿਖਿਆ ਜਾ ਮਰ ਭੁੱਖਾ ਮਰ ਭੁੱਖਾ ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਵਣਾ ਵਾਹਿਗੁਰੂ ਵਾਹਿਗੁਰੂ
ਕਈ ਕੁੱਤਿਆਂ ਬਿੱਲਿਆਂ ਦੀ ਵੀ ਕੋਈ ਕਦਰ ਹੁੰਦੀ ਹੈ, ਪਰ ਤੇਰੇ ਦਿਲ ਦਿਮਾਗ ਵਿੱਚ ਤਾਂ ਇਨਸਾਨ ਦੀ ਕੋਈ ਕਦਰ ਨਹੀਂ। ਬਾਈ ਕੀ ਗੱਲ ਮੀਂਹ ਚ ਪਿਆ? ਕੁਛ ਨੀ ਬਾਈ ਜੀ, ਤੁਸੀਂ ਆ ਪੈਗ ਲਾਓ। ਲੈ ਜਾਓ ਬਾਈ, ਮੈਂ ਨੀ ਪੀਣਾ। ਬਾਈ ਤੁਹਾਨੂੰ ਨੀਂਦ ਨੀ ਆਉਣੀ? ਇਧਰ ਨੀ ਮੇਰੀ ਜਾਨ ਨਿਕਲਦੀ। ਬਾਈ ਤੁਹਾਡੀ ਤਬੀਅਤ ਤਾਂ ਠੀਕ ਆ? ਓਏ ਠੀਕ ਹੈ ਕੁਛ ਨੀ ਮੇਰੀ ਤਬੀਅਤ ਨੂੰ, ਜਾਓ ਲੈ ਜਾਓ ਇੱਥੋਂ। ਲੱਗਦਾ ਆਵਾਜ਼ ਤਾਂ ਤੂੰ ਸਾਡੀ ਪਛਾਣ ਦਾ ਹੀ ਹੋਵੇਗਾ। ਕਦੇ ਕਦੇ ਵਕਤ ਨਾਲ ਬਹੁਤ ਕੁਝ ਬਦਲ ਜਾਂਦਾ ਹੈ ਸ਼ੇਰੂਆ। ਹਾਂ ਜਨਾਬ। ਫਿਰ ਤੂੰ ਇਹ ਕਿਵੇਂ ਭੁੱਲ ਗਿਆ ਕਿ ਜਿਹੜਾ ਬੰਦਾ ਤੇਰੀ ਕਦੇ ਕਦਰ ਕਰ ਸਕਦਾ ਹੈ ਉਹ ਕਦੇ ਨਾ ਕਦਰ ਵੀ ਕਰ ਸਕਦਾ ਹੈ। ਜਨਾਬ ਹੁਣ ਮੈਂ ਤੁਹਾਡਾ ਕੋਈ ਕੰਮ ਨਹੀਂ ਕਰ ਸਕਦਾ। ਸਾਡਾ ਕੰਮ? ਅਸੀਂ ਤੈਨੂੰ ਕਦੋਂ ਕਿਹਾ ਸੀ ਕੰਮ ਕਰ ਲਈ ਸ਼ੇਰੂਆ? ਤੂੰ ਤਾਂ ਸਾਡੇ ਕੋਲ ਆਪ ਆਇਆ ਸੀ। ਪਹਿਲਾਂ ਮੇਰੀ ਮਜਬੂਰੀ ਸੀ ਪਰ ਹੁਣ ਮੈਂ ਸਾਰੇ ਮਾੜੇ ਕੰਮ ਛੱਡਤੇ। ਸ਼ੇਰੂ ਇਹ ਤੇਰਾ ਆਖਰੀ ਫੈਸਲਾ ਹੈ? ਹਾਂ ਮੈਂ ਸੋਚ ਸਮਝ ਕੇ ਫੈਸਲਾ ਲਿਆ, ਇਹ ਮੇਰਾ ਆਖਰੀ ਫੈਸਲਾ ਹੈ। ਓ ਸ਼ੇਰੂਆ ਬਚਕਾਨਾ ਗੱਲਾਂ ਨਹੀਂ ਕਰੀਦੇ ਸ਼ੇਰੂਆ, ਕਦੇ ਕਦੇ ਨਾ ਅਜਿਹੇ ਫੈਸਲੇ ਜ਼ਿੰਦਗੀ ਦੇ ਆਖਰੀ ਫੈਸਲੇ ਹੋ ਜਾਇਆ ਕਰਦੇ ਨੇ। ਚੱਲ ਸ਼ੇਰਪੁਰ ਦੁਬਾਰ ਸਪਲਾਈ ਸ਼ੁਰੂ ਕਰ। ਸਪਲਾਈ ਬੰਦ ਹੈ। ਮੈਂ ਸੋਚ ਸਮਝ ਕੇ ਫੈਸਲਾ ਲਿਆ। ਪਰ ਤੈਨੂੰ ਇਹ ਕਿਉਂ ਭੁਲੇਖ ਹੈ ਸ਼ੇਰੂਆ ਕਿ ਇਸ ਦੁਨੀਆਂ ਦੇ ਵਿੱਚ ਤੂੰ ਕੱਲਾ ਹੀ ਸ਼ੇਰੂ ਹੈ? ਸ਼ੇਰੂ ਤਾਂ ਬਥੇਰੇ ਨੇ, ਬਹੁਤ ਸਾਰੇ ਹੋਣਗੇ ਪਰ ਮੈਂ ਉਹਨਾਂ ਦਾ ਹਿੱਸਾ ਨਹੀਂ ਬਣੂੰਗਾ। ਇੱਕ ਗੱਲ ਮੇਰੀ ਧਿਆਨ ਨਾਲ ਸੁਣ, ਇਸ ਘਰ ਦੇ ਦਰਵਾਜ਼ੇ ਤੇਰੇ ਲਈ ਸਦਾ ਹੀ ਖੁੱਲੇ ਨੇ, ਜਦੋਂ ਵੀ ਤੇਰਾ ਦਿਲ ਕਰੇ ਵਾਪਸ ਆ ਜਾਵੀਂ। ਪਰ ਇਹ ਭੁਲੇਖਾ ਕਦੇ ਦਿਮਾਗ 'ਚ ਨਾ ਰੱਖੀਂ ਕਿ ਤੇਰੇ ਬਿਨਾਂ ਇਹ ਕੰਮ ਨਹੀਂ ਹੋ ਸਕਦਾ। ਸਮਝਿਆ ਸ਼ੇਰੋ? ਥਾਣੇਦਾਰ ਸਾਹਿਬ ਅਸੀਂ ਸਾਰੇ ਬੁਰੇ ਕੰਮ ਛੱਡ ਦਿੱਤੇ ਨੇ, ਗਿਆਨੀ ਜੀ ਨੇ ਸਾਡੀ ਜ਼ਿੰਦਗੀ ਬਦਲਤੀ। ਚਲੋ ਕੋਈ ਨੀ ਜਾਓ। ਪਰ ਕਿਉਂ ਜੀ, ਸਾਨੂੰ ਅੰਦਰ ਕਰੋ, ਸਾਨੂੰ ਜੇਲ੍ਹ ਭੇਜੋ। ਗਿਆਨੀ ਜੀ ਨੇ ਤੁਹਾਡੇ ਤੇ ਕੋਈ ਪਰਚਾ ਨੀ ਦਰਜ ਕਰਾਇਆ। ਮੈਂ ਵੀ ਉਹਨਾਂ ਦੀ ਮਦਦ ਕੀਤੀ ਸੀ। ਥਾਣੇਦਾਰ ਸਾਹਿਬ ਤੁਸੀਂ ਵੀ ਸਾਨੂੰ ਝੂਠ ਬੋਲਿਆ ਸੀ। ਗਿਆਨੀ ਜੀ ਦੇ ਬਹੁਤ ਹੀ ਅਹਿਸਾਨ ਹੈ ਮੇਰੇ ਤੇ, ਮੈਨੂੰ ਪੜਾ ਲਿਖਾ ਕੇ ਇਸ ਨੌਕਰੀ ਤੇ ਲਵਾਉਣ 'ਚ ਬਹੁਤ ਹੱਥ ਹੈ ਉਹਨਾਂ ਦਾ। ਪਰ ਗਿਆਨੀ ਜੀ ਨੇ ਸਾਡੇ ਲਈ ਆਪਣੀ ਜਾਨ ਖਤਰੇ 'ਚ ਕਿਉਂ ਪਾਈ? ਗਿਆਨੀ ਜੀ ਸਾਡੀ ਖਾਤਰ ਭੁੱਖੇ ਪਿਆਸੇ ਰਹੇ। ਗਿਆਨੀ ਜੀ ਵਰਗੇ ਮਹਾਂਪੁਰਸ਼ਾਂ ਦੀ ਸੰਗਤ ਨਸੀਬਾਂ ਨਾਲ ਹੀ ਮਿਲਦੀ ਆ। ਚਲੋ ਜਾਓ। ਗਿਆਨੀ ਜੀ, ਗਿਆਨੀ ਜੀ ਸਤਿ ਸ਼੍ਰੀ ਅਕਾਲ ਜਨਾਬ ਜੀ। ਵਾਹਿਗੁਰੂ ਸੱਚਾ ਪਾਤਸ਼ਾਹ ਦਾਤਾ ਤੂੰ। ਸ਼ੇਰੂ ਨਹੀਂ, ਸ਼ੇਰੂ
ਓਏ ਉਹਨੂੰ ਸਜ਼ਾ ਉੱਪਰ ਵਾਲਾ ਦਊਗਾ। ਤੂੰ ਕੀ ਕੀਤਾ ਬਾਬਾ, ਇਹ ਤੂੰ ਕੀ ਕੀਤਾ ਬਾਬਾ? ਕੁਛ ਨਹੀਂ, ਕਾਨ ਕਾਨ ਓ ਜਲਦੀ ਆ। ਮੈਨੂੰ ਸੱਪ ਨੇ ਡੰਗ ਲਿਆ ਰ, ਮੈਨੂੰ ਸੱਪ ਨੇ ਡੰਗ ਲਿਆ ਰ। ਓਏ ਆ ਕੌਣ ਪਿਆ? ਓਏ ਇਹ ਤਾਂ ਨੰਜਾ ਹੈ। ਓ ਬਾਈ ਇਹ ਤਾਂ ਸੱਪ ਲੜ ਗਿਆ। ਓਏ ਤਾਂ ਮਰ ਗਿਆ ਯਾਰ ਨੰਜਾ ਇੱਥੇ। ਓ ਸ਼ੇਰੂ, ਸ਼ੇਰੂ ਬਾਈ ਖਤਰੇ ਚ। ਚਲੋ ਬਾਈ ਛੇਤੀ ਚਲੋ ਬੈਠੋ ਕਰਾਂ। ਜ਼ਖਮ ਬਹੁਤ ਗਹਿਰਾ ਹੈ, ਪੱਟੀ ਮੈਂ ਕਰ ਦੀ ਹੈ, ਬਾਕੀ ਖੁਦਾ ਪਰ ਭਰੋਸਾ ਰੱਖੋ। ਭੈ ਜੀ, ਗਿਆਨੀ ਜੀ ਨੂੰ ਕੁਛ ਨਹੀਂ ਹੋਣਾ ਚਾਹੀਦਾ। ਕੁਛ ਨਹੀਂ ਹੋਗਾ, ਖੁਦਾ ਹਾਫਿਸ। ਇਹ ਮੇਰੇ ਮਾਲਕਾ, ਸਾਡੀ ਜਾਨ ਲੈ ਲੈ, ਪਰ ਗਿਆਨੀ ਜੀ ਨੂੰ ਕੁਛ ਨਾ ਹੋਵੇ। ਗਿਆਨੀ ਜੀ, ਕੀ ਹੋ ਗਿਆ ਇਹਨਾਂ ਨੂੰ? ਮੈਨੂੰ ਬਚਾਉਣ ਦੀ ਖਾਤਰ ਗਿਆਨੀ ਜੀ ਖੁਦ ਜ਼ਖਮੀ ਹੋ ਗਏ। ਉਹ ਨੰਜਾ, ਨੰਜੇ ਤੇ ਸੱਪ ਲੜ ਗਿਆ, ਸਾਡੀਆਂ ਅੱਖਾਂ ਸਾਹਮਣੇ ਮਰਿਆ ਉਹ ਤੜਫ ਤੜਫ ਕੇ। ਨੰਜੇ ਨੂੰ? ਗਿਆਨੀ ਜੀ ਉੱਠੋ, ਉੱਠ ਕੇ ਸਾਨੂੰ ਮਾਫ ਕਰ ਦਿਓ। ਅਸੀਂ ਥਾਣੇ ਗਏ ਸੀ ਆਪਣੇ ਆਪ ਨੂੰ ਕਾਨੂੰਨ ਦੇ ਹਵਾਲੇ ਕਰਨ, ਪਰ ਗਿਆਨੀ ਜੀ ਨੇ ਸਾਡੇ ਉੱਪਰ ਕੋਈ ਕੇਸ ਦਰਜ ਨਹੀਂ ਕਰਾਇਆ। ਥਾਣੇਦਾਰ ਕਹਿੰਦਾ ਮੈਂ ਗਿਆਨੀ ਜੀ ਦੇ ਕਹਿਣ ਤੇ ਤੁਹਾਨੂੰ ਝੂਠ ਬੋਲਿਆ ਸੀ। ਸਾਡੇ ਲਈ ਕਿੰਨੇ ਦੁੱਖ ਸਹੇ ਨੇ ਗਿਆਨੀ ਜੀ ਨੇ। ਅਗਰ ਗਿਆਨੀ ਜੀ ਨੂੰ ਕੁਛ ਹੋ ਗਿਆ ਤਾਂ ਆਪਣਾ ਕੀ ਬਣੂ? ਗਿਆਨੀ ਜੀ ਨੂੰ ਕੁਛ ਨਹੀਂ ਹੋਊਗਾ, ਗਿਆਨੀ ਜੀ ਨੂੰ ਕੁਛ ਨਹੀਂ ਹੋਊਗਾ, ਕਿਉਂਕਿ ਰੱਬ ਰੱਬ ਆਪਣੇ ਭਗਤਾਂ ਦੇ ਸਦਾ ਅੰਗ ਸੰਗ ਰਹਿੰਦਾ। ਗਿਆਨੀ ਜੀ ਨੂੰ ਕੁਛ ਨਹੀਂ ਹੋਊਗਾ। ਸਤਨਾਮ ਸ੍ਰੀ ਵਾਹਿਗੁਰੂ। ਪਾਪੀਆਂ ਦੇ ਤੂੰ ਪਾਪ ਖੰਡਦਾ, ਦੁਖੀਆਂ ਨੂੰ ਤੂੰ ਖੁਸ਼ੀਆਂ ਵੰਡਦਾ, ਦਾਤਾ ਦਾਤਾ ਦੇਣ ਦਾ ਅੰਦਾਜ਼ਾ ਕਿਵੇਂ ਲਾ ਲੀਏ, ਐਡੀ ਕਿੱਥੇ ਸੋਚ ਮਨ ਵਿੱਚ ਦਾ ਬਣਾ ਲੀਏ, ਐਡੀ ਕਿੱਥੇ ਸੋਚ ਮਨ ਵਿੱਚ ਦਾ ਬਣਾ ਲੀਏ। ਤੈਨੂੰ ਕੀਤਾ ਨਹੀਂ ਉਹ ਕਦੀ ਅਸੀਂ ਯਾਦ ਵੇ, ਇਹ ਗੱਲ ਮਾਫ ਕਰ ਦਈਂ। ਤੈਨੂੰ ਕੀਤਾ ਨਹੀਂ ਉਹ ਕਦੀ ਅਸੀਂ ਯਾਦ ਵੇ, ਇਹ ਗੱਲ ਮਾਫ ਕਰ ਦਈਂ। ਸਾਡੀ ਤੇਰੇ ਅੱਗੇ ਇਹੋ ਫਰਿਆਦ ਵੇ, ਮੁੜਨਾ ਅਨਾਥ ਕਰ ਦੇਈ, ਸਾਡੀ ਹੀ ਤੇਰੇ ਅੱਗੇ ਇਹੋ ਅਰਦਾਸ ਵੇ, ਮੁੜਨਾ ਅਨਾਥ ਕਰ ਦੇਈ, ਮੁੜਨਾ ਅਨਾਥ ਕਰ ਦੇਈ। ਸਤਨਾਮ ਸਤਨਾਮ ਸ਼੍ਰੀ ਵਾਹਿਗੁਰੂ, ਸਤਨਾਮ ਸ਼੍ਰੀ ਵਾਹਿਗੁਰੂ, ਸਤਨਾਮ ਸ਼੍ਰੀ ਵਾਹਿਗੁਰੂ, ਸਤਨਾਮ।
ਤੇਰੇ ਜੀ ਨੂੰ ਹੋਸ਼ ਆ ਗਈ। ਅੱਲਾ ਤਾਲਾ ਨੇ ਸਾਡੀ ਸੁਣ ਲਈ। ਗਿਆਨੀ ਜੀ, ਗਿਆਨੀ ਜੀ ਸਾਨੂੰ ਮਾਫ਼ ਕਰ ਦਿਓ। ਗਿਆਨੀ ਜੀ ਸਾਨੂੰ ਮਾਫ਼ ਕਰ ਦਿਓ। ਗਿਆਨੀ ਜੀ ਤੁਸੀਂ ਸਾਨੂੰ ਜਿਉਣਾ ਸਿਖਾ ਤਾ, ਹੁਣ ਅਸੀਂ ਚਾਨਣ ਵੰਡਾਂਗੇ, ਹਨੇਰਾ ਦੂਰ ਕਰਾਂਗੇ, ਤੁਸੀਂ ਸਮਾਜਿਕ ਕੁਰੀਤੀਆਂ ਦੇ ਖਿਲਾਫ਼ ਲੜਾਂਗੇ, ਅਸੀਂ ਨਸ਼ਿਆਂ ਦੇ ਖਿਲਾਫ਼ ਆਵਾਜ਼ ਉਠਾਵਾਂਗੇ, ਅਸੀਂ ਗਰੀਬਾਂ ਦੀ ਮਦਦ ਕਰਾਂਗੇ। ਗਿਆਨੀ ਜੀ ਅਸੀਂ ਭਗਤ ਪੂਰਨ ਸਿੰਘ ਤਾਂ ਨਹੀਂ ਬਣ ਸਕਦੇ, ਪਰ ਉਹਨਾਂ ਦੇ ਦੱਸੇ ਹੋਏ ਰਸਤੇ 'ਤੇ ਜ਼ਰੂਰ ਚੱਲਾਂਗੇ, ਜ਼ਰੂਰ ਚੱਲਾਂਗੇ। ਹਾਂ ਪੁੱਤਰੋ, ਕਹਿੰਦੇ ਨੇ ਜਿਹਨੇ ਆਪਣਾ ਮਨ ਜਿੱਤ ਲਿਆ ਉਹਨੇ ਜਗ ਜਿੱਤ ਲਿਆ। ਮਨ ਜੀਤੇ ਜਗ ਜੀਤ। ਅਸੀਂ ਪੜ੍ਹਨਾ ਚਾਹੁੰਦੇ ਹਾਂ। ਬੜੀ ਖੁਸ਼ੀ ਦੀ ਗੱਲ ਹੈ ਪੁੱਤਰੋ, ਤੁਸੀਂ ਪੜ੍ਹਨਾ ਚਾਹੁੰਦੇ ਹੋ ਤਾਂ ਤੁਹਾਡੇ ਕਾਲਜ ਵਿੱਚ ਦਾਖਲੇ ਦਾ ਪ੍ਰਬੰਧ ਮੈਂ ਆਪ ਕਰਾਂਗਾ। ਔਖੀ ਘੜੀ ਨਾ ਦੇਖਣ ਦੇਵੀ ਆਪਣਾ ਦਿਲ ਸੰਭਾਲੇ। ਦੇਖੀ ਗੱਲ ਹੋ ਗਈ ਭਾਈ ਗੁਰਮੁਖਾ, ਮੂੰਹ ਕਿਉਂ ਫੇਰੀ ਖੜਾ, ਕੀ ਹੋਇਆ? ਗਿਆਨੀ ਜੀ ਮੈਂ ਤੁਹਾਡਾ ਵਿਛੋੜਾ ਨਹੀਂ ਸਹਿ ਸਕੂੰਗਾ। ਮੈਂ ਤਾਂ ਕੀ ਆ ਪੌਦੇ ਵਾਲੇ ਬੂਟੇ ਤੇ ਪੰਛੀ ਜਿਹੜੇ ਤੁਹਾਡੀ ਬਾਣੀ ਸੁਣ ਕੇ ਝੂਮਣ ਲੱਗ ਜਾਂਦੇ ਸੀ, ਉਹ ਵੇਖੋ ਦਰਿਆ ਕਿੰਨਾ ਸ਼ੋਰ ਮਚਾ ਰਿਹਾ, ਜਿਹੜਾ ਤੁਹਾਡੀ ਬਾਣੀ ਸੁਣ ਕੇ ਇੱਕਦਮ ਸ਼ਾਂਤ ਹੋ ਜਾਂਦਾ ਸੀ। ਚੇਰੂ ਇਹ ਜਗ ਆਉਣ ਜਾਣ ਦੀ ਰੀਤ ਹੈ, ਕਿਸ ਨਾਲ ਕੀ ਜੈ ਦੋਸਤੀ ਸਭ ਜਗ ਚੱਲਣ ਹਾਰ। ਮੇਰੇ ਤੇ ਬਹੁਤ ਜ਼ਿੰਮੇਵਾਰੀਆਂ ਨੇ, ਮੇਰੇ ਕਾਲਜ ਦੀਆਂ, ਪਿੰਗਲਵਾੜੇ ਦੇ ਬੱਚਿਆਂ ਦੀਆਂ, ਇਸ ਲਈ ਮੇਰਾ ਜਾਣਾ ਜ਼ਰੂਰੀ ਹੈ। ਗਿਆਨੀ ਜੀ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਜੋ ਵੀ ਕੀਤਾ ਉਸ ਦੇ ਪਛਤਾਵੇ ਲਈ ਇੱਕ ਜਨਮ ਬਹੁਤ ਬਹੁਤ ਥੋੜਾ। ਗੁਰਮੁਖਾ ਤੂੰ ਐਂ ਕਿਉਂ ਸੋਚਦਾ? ਤੂੰ ਕੁਕਰਮਾਂ ਵਾਲੀ ਜ਼ਿੰਦਗੀ ਛੱਡ ਕੇ ਨਵਾਂ ਜੀਵਨ ਜਿਉਣ ਲੱਗਿਆ, ਉਹ ਅਕਾਲ ਪੁਰਖ ਹਮੇਸ਼ਾ ਤੇਰੇ ਅੰਗ ਸੰਗ ਰਹੇਗਾ, ਦਿਲ ਛੋਟਾ ਨਾ ਕਰ। ਉਹ ਨਹੀਂ ਨਹੀਂ ਗੱਲ ਲੱਗ ਕੇ ਮਿਲ, ਆ ਜਾ। ਸ਼ਾਬਾਸ਼ ਵਾਹਿਗੁਰੂ ਭਲਾ ਕਰੇ, ਜੇ ਤੇਰੀ ਨੀਅਤ ਸਾਫ਼ ਹੈ ਉੱਪਰਲਾ ਹਮੇਸ਼ਾ ਤੇਰੇ ਨਾਲ। ਮੁੰਡਿਓ ਪੜ੍ਹ ਲਿਖ ਕੇ ਆਪਣੇ ਮਾਂ ਬਾਪ ਦਾ ਨਾਂ ਰੋਸ਼ਨ ਕਰਨਾ, ਜਿਉਂਦੇ ਵਸਦੇ ਰਹੋ। ਚਲੋ ਸ਼ੇਰੋ ਚਰਨ ਚਲੋ, ਚਲੋ ਮਾਰਗ ਗੋਬਿੰਦਾ। ਵਾਹਿਗੁਰੂ। ਕਿਹੜਾ ਇੱਥੇ ਹੋਣੀ ਨੂੰ ਹਰਾਉਂਦਾ ਏ, ਤੇਰੇ ਬਾਜੋ ਸਾਈਆਂ ਕੌਣ ਡੁੱਬਦੇ ਬਚਾਉਂਦਾ ਏ। ਦੁ
ਦੁਨੀਆ ਤੇ ਕਿਹੜਾ ਇੱਥੇ ਹੋਣੀ ਨੂੰ ਹਰਾਉਂਦਾ ਏ ਤੇਰੇ ਬਾਝੋ ਸਾਈਆਂ ਕੌਣ ਡੁੱਬਦੇ ਬਚਾਉਂਦਾ ਏ ਅਸੀਂ ਬਣ ਜਾਂਗੇ ਚੰਗੀ ਜਈ ਔਲਾਦ ਵੇ ਸਾਡੇ ਵੀ ਸਰਾਪ ਹਰ ਦੇਈ ਸਾਡੀ ਤੇਰੇ ਅੱਗੇ ਇਹੋ ਫਰਿਆਦ ਵੇ ਮੁੜਨਾ ਅਨਾਥ ਕਰ ਦੇਈ ਸਾਡੀ ਤੇਰੇ ਅੱਗੇ ਇਹੋ ਅਰਦਾਸ ਵੇ ਮੁੜਨਾ ਅਨਾਥ ਕਰ ਦੇਈ ਮੁੜਨਾ ਅਨਾਥ ਕਰ ਦੇਈ।